ਇਸ ਬਜਟ ਦੇ ਵਿੱਚ ਉੱਚੇਰੀ ਸਿੱਖਿਆ ਦਾ ਬਹੁਤ ਸੀਮਤ ਬਜਟ ਰੱਖਿਆ ਗਿਆ 990 ਕਰੋੜ ਇੱਕ ਇੱਕ ਯੂਨੀਵਰਸਿਟੀ ਦੇ ਨਾਲ ਅਲਾਈਡ ਜਿਹੜੇ ਕਾਲਜਿਸ ਨੇ ਉਹਨਾਂ ਦੀ ਗਿਣਤੀ ਕੀਤੀ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਫਿਗਰ 990 ਕਰੋੜ ਦੀ ਉਹਨਾਂ ਲਈ ਇਨਫ ਹੈ ਬਿਲਕੁਲ ਇਹ ਸਾਰਾ ਬਿਲਕੁਲ ਉਹਨਾਂ ਤੋਂ ਜਿਹਨਾਂ ਡਾਟਾ ਆਇਆ ਸੀ ਉਹ ਦੇਖ ਕੇ ਮੇਰੀ ਸਪੈਸ਼ਲ ਮੀਟਿੰਗ ਹੋਈ ਸੀ ਬਹੁਤ ਸਾਰੀਆਂ ਯੂਨੀਵਰਸਿਟੀ ਇਹਨੂੰ ਪੈਸੇ ਦੀ ਲੋੜ ਦੀ ਹਾਂ ਇੱਕ ਆ ਦੁੱਖਾ ਯੂਨੀਵਰਸਿਟੀਆਂ ਦੇ ਅੰਦਰ ਕਿਸੇ ਨਾ ਕਿਸੇ ਪੁਰਾਣੀਆਂ ਬੇਇਜ਼ਦਮੀਆਂ ਦੇ ਕਾਰਨ ਉਹਨਾਂ ਦੇ ਵਾਈਸ ਚਾਂਸਰਨ ਦੀਆਂ ਗਲਤੀਆਂ ਦੇ ਕਾਰਨ ਖੜੋਤ ਆਈ ਜਾ ਉਹਨੂੰ ਅਸੀਂ ਦੂਰ ਕਰਾ ਇਲਜ਼ਾਮ ਤੁਹਾਡੇ ਉੱਤੇ ਲੱਗਦਾ ਹੈ ਕਿ ਜਦੋਂ ਦੇ ਆਏ ਹਾਂ ਕਰਜ਼ਾ ਹੀ ਲਈ ਜਾ ਰਹੇ ਹਾਂ ਕਰਜ਼ਾ ਹੀ ਲਈ ਇੱਕ ਕਰਜ਼ਾ ਕੋਈ ਰਾਤੋਂ ਰਾਤ ਨਹੀਂ ਪੰਜਾਬ ਦੇ ਅੰਦਰ ਵਧਿਆ ਤਿੰਨ ਪਾਰਟੀਆਂ ਸਰਕਾਰ ਰਹੀ ਆ ਅਕਾਲੀ ਦਲ ਬੀਜੇਪੀ ਦੀ ਸਾਂਝੀ ਸਰਕਾਰ ਉਹ ਸਰਦਾਰ ਦੀ ਉਹਨਾਂ ਚ ਮੰਤਰੀ ਹੁੰਦੇ ਸੀ ਫਿਰ ਕਾਂਗਰਸ ਪਾਰਟੀ ਦੀ ਸਰਕਾਰ ਆਈ ਉਹਦੇ ਵਿੱਚ ਵੀ ਮੰਤਰੀ ਹੁੰਦੇ ਸੀ ਉਹਨਾਂ ਛੱਟ ਕਿਸੇ ਹੋਰ ਪਾਰਟੀ ਚਲੇ ਗਏ ਸੱਤਾ 'ਚ ਰਹਿਣ ਦੀ ਆਦਤ ਤੇ ਭੁੱਖ ਜਿਹੜੀ ਆ ਮਨੁੱਖ ਨੂੰ ਪੈਦਾ ਹੋਈ ਆ ਉਹ ਸਟੇਟ ਨਾਲ ਕੋਈ ਉਹਨਾਂ ਦਾ ਪਿਆਰ ਨਹੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੱਲ ਕਰੂੰਗਾ ਮਾਲਵੇ ਦੀ ਰੂਹੇ ਰਵਾ ਹੈ ਮਾਲਵੇ ਦਾ ਦਿਲ ਹੈ ਉਹ ਯੂਨੀਵਰਸਿਟੀ ਉਹਦੀ ਜਿਹੜੀ ਗ੍ਰਾਂਟ 150 ਕਰੋੜ ਤੋਂ ਕਦੇ 200 ਕਰੋੜ ਹੋਈ ਸੀ ਘਟ ਗਈ ਆ ਉਹਨੂੰ ਫੇਰ ਬ੍ਰੇਕ ਲੱਗੀ ਆ ਪਿਛਲੇ ਸਾਲ 4 ਕਰੋੜ ਦੀ ਲੱਗੀ ਐਤਕੀ ਹੋਰ ਜ਼ਿਆਦਾ ਲੱਗੀ ਆ ਜੇ ਉਹ ਯੂਨੀਵਰਸਿਟੀ ਉਹ ਆਦਾਰਾ ਬੰਦ ਹੋ ਜਾਂਦਾ ਪੰਜਾਬ ਦੇ ਲੱਖਾਂ ਨੌਜਵਾਨ ਜਿਹੜੇ ਆ ਪੜਨ ਤੋਂ ਅਸਮਰੱਥ ਰਹਿ ਸਕਦੇ ਨੇ ਪੰਜਾਬ ਦੇ ਵਿੱਚ ਇਤਿਹਾਸ ਬਣ ਗਿਆ ਅੱਜ ਤੱਕ ਕੋਈ ਵੈਕੈਂਸੀ ਨਿਕਲੇ ਉਹਦੇ ਤੇ ਹਜ਼ਾਰ ਐਪਲੀਕੈਂਟ ਹੁੰਦਾ ਪਰ ਜੇ ਡਾਕਟਰਾਂ ਦੀ ਹਜ਼ਾਰ ਦੇ ਨਿਕਲ ਗਈ ਉੱਤੇ 100 ਵੀ ਨਹੀਂ ਹੁੰਦਾ ਇਹ ਉਲਟ ਹੁੰਦਾ ਫਿਗਰ ਕਾਰਨ ਇਹ ਹੈ ਕਿ ਜਿੰਨੀ ਪੜ੍ਹਾਈ ਲਈਏ ਜੀ ساری ਉਮਰ ਕੰਮ ਕਰਾਂਗੇ ਉੱਤੇ ਪੈਸੇ ਪੁਰੇ ਨਹੀਂ ਤੁਸੀਂ ਸਰਕਾਰੀ ਹਸਪਤਾਲਾਂ ਨੂੰ ਮੁਹੱਲਾ ਕਲੀਨਿਕ ਨੂੰ ਡਿਸਪੈਂਸਰੀਆਂ ਨੂੰ ਪ੍ਰਮੋਟ ਕਰਨ ਲਈ ਕਾਫੀ ਕੁਝ ਕਰ ਰਹੇ ਹੋ ਤਾਂ ਚੱਲਣਗੇ ਜੇ ਉਹਨਾਂ 'ਚ ਸਰਕਾਰੀ ਡਾਕਟਰ ਹੋ ਜਿਹੜਾ ਵੱਡਾ ਵਾਅਦਾ ਪਾਰਟੀ ਦੇ ਜਿਹੜੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਪੰਜਾਬੀਆਂ ਨਾਲ ਕੀਤਾ ਗਿਆ ਸੀ ਕਿ ਰੇਤੇ ਤੋਂ ਅਸੀਂ ਐਨੇ ਹਜ਼ਾਰ ਕਰੋੜ ਕਮਾਵਾਂਗੇ ਉਹ ਕਹਿੰਦੇ ਪਿਛਲੇ 2 ਦਹਾਕਿਆਂ ਦੇ ਵਿੱਚ ਵੀ ਫਿਗਰ ਟੋਟਲ ਕਰ ਲਈਓ ਦਾ ਉਹਦਾ ਸੰਭ ਵੀ ਉਹਦੇ ਨੇੜੇ ਤੇੜੇ ਨਹੀਂ ਪਹੁੰਚਦਾ ਹੈਗਾ ਕਿਨਾਂ ਨੇ ਪੰਜਾਬ ਦੇ ਉਧਰ ਇੱਕ ਵੱਡਾ ਮਾਫੀਆ ਰਾਜ ਦੀ ਸਿਰਜਣਾ ਕੀਤੀ ਹੋਈ ਸੀ ਕਿਤੇ ਟਰਾਂਸਪੋਰਟ ਦਾ ਮਾਫੀਆ ਚੱਲ ਰਿਹਾ ਕਿਤੇ ਸ਼ਰਾਬ ਦਾ ਮਾਫੀਆ ਚੱਲ ਰਿਹਾ ਕਿਤੇ ਰੇਤ ਦਾ ਮਾਫੀਆ ਚੱਲ ਰਿਹਾ ਇੱਕ ਸਾਲ ਦੇ ਵਿੱਚ ਮਾਫੀਆ ਟੁੱਟ ਗਿਆ ਮਾਫੀਆ ਟੁੱਟ ਰਿਹਾ ਹੈਗਾ ਗਰਾਊਂਡ ਤੋਂ ਟੁੱਟਿਆ ਗਰਾਊਂਡ ਤੋਂ ਟੁੱਟ ਰਿਹਾ ਹੈਗਾ ਕਿਤੇ ਮਾੜਾ ਬੁੱਟਾ ਜੇ ਹੋ ਸਕਦਾ ਹੈ ਜੇ ਪਰ ਲੇਕਿਨ ਮੋٹے ਤੌਰ ਦੇ ਉੱਤੇ ਜਿਹੜਾ ਹੈਗਾ ਵੱਡੇ ਤੌਰ ਦੇ ਉੱਤੇ ਟੁੱਟ ਚੁੱਕਿਆ ਹੈਗਾ ਜਿਉ ਟੁੱਟਿਆ ਮਾਫੀਆ ਮਾਨ ਸਾਹਿਬ ਰੰਗਲੇ ਪੰਜਾਬ ਦੀ ਗੱਲ ਕਰਦੇ ਆ ਰੰਗਲੇ ਪੰਜਾਬ ਤੋਂ ਭਾਵ ਖਿੜਿਆ ਹੋਇਆ ਪੰਜਾਬ ਇਹੋ ਜਿਹਾ ਪੰਜਾਬ ਬਣਾਉਣ ਦੇ ਲਈ ਪੰਜਾਬ ਦੇ ਸਰੋ ਕਰਜ਼ਾ ਲੈਣਾ ਬਹੁਤ ਜ਼ਰੂਰੀ ਹੈ ਉਸ ਕਰਜ਼ੇ ਦੀ ਪਾਂਡੇਟ ਬਹੁਤ ਸਾਰੇ ਕਿਸਾਨ ਸੂਸਾਇਟੀ ਕਮਿਟ ਕਰ ਗਏ ਆ ਪੰਜਾਬ ਦਾ ਕਰਜ਼ਾ ਲਾਉਣ ਦੀ ਕੋਈ ਖਾਸ ਵਿਉਂਤ ਬਣੀ ਹੈ ਮਹਿੰਗੇ ਵਿਆਜ ਦਾ ਕਰਜ਼ਾ ਲਿਆ ਪੁਰਾਣੀਆਂ ਸਰਕਾਰਾਂ ਨੇ 10.5% ਤੇ 9.5% ਤੇ ਪਤਾ ਨਹੀਂ ਕਿਵੇਂ ਲਈ ਗਏ ਮੈਨੂੰ ਸਮਝ ਨਹੀਂ ਆਈ ਕਿ ਕਦੇ ਧਿਆਨ ਨਹੀਂ ਦਿੱਤਾ ਹੈਗਾ ਕਿ ਯਾਰ ਘੱਟ ਵਿਆਜ ਦੇ ਕਰਜ਼ੇ ਵੀ ਅਵੇਲੇਬਲ ਨੇਗੇ ਮਾਰਕੀਟ ਦੇ ਵਿੱਚ ਹੈਗੇ ਨੂੰ ਲੈ ਲਓ ਉਹਨਾਂ ਨੂੰ ਸਵੈਪ ਕਰਕੇ ਘੱਟ ਵਿਆਸ ਲੈ ਕੇ ਆਉਣਾ ਤਾਂ ਕਿ ਅਸੀਂ ਘਟੋ ਘਟ ਬ्याज ਤਾਂ ਘਟਾ ਲਈਏ ਅਸੀਂ ਐਕਸਪੈਂਡਚਰ ਖਰਚੇ ਘਟਾ ਰਿਹਾ ਖਰਚੇ ਘਟਾਓ ਰੈਵਨਿਊ ਵਧਾਓ ਪੈਸੇ ਵਧਾਓ ਤਾਂ ਕਿ ਆਪਾਂ ਪੰਜਾਬ ਦੀਆਂ ਬੇਸਿਕ ਮੁਢਲੀਆਂ ਲੋੜਾਂ ਮਿਲੀਆਂ ਪੂਰੀ ਆ ਗਈ ਸਾਡੀ ਗਰੰਟੀ ਹੈ ਹਰ ਇੱਕ ਬੰਦਾ ਜੀਮਾ ਸਾਹਿਬ ਦੋ ਤਿੰਨ ਕਿ ਰੋਟੀ ਨੇ ਸੱਟ ਪਰ ਗੱਲ ਇਹ ਹੈ ਵੀ ਜਿਹੜੇ ਮੋਟੇ ਖਾ ਗਏ ਜਿਹੜੀਆਂ ਮੋਟੀਆਂ ਉਹ ਉਹ ਕਿਸੇ ਤਰ੍ਹਾਂ ਘਟਾਈਆਂ ਨੇ ਕੋਈ ਵੱਡੀ ਮਿਸਾਲ ਦੇ ਸਕਦੇ ਜਿਨ੍ਹਾਂ ਨੇ ਖਾ ਲਿਆ ਜੋ ਜ਼ਿਲਾਂ ਦੀ ਸਲਾਖਾਂ ਦੇ ਪਿੱਛੇ ਬੈਠੇ ਨੇਗੇ ਔਰ ਜਿਹੜੇ ਹੋਰ ਨੇ ਉਹਨਾਂ ਦੇ ਖਿਲਾਫ ਜਾਤ ਜਿਹੜੀ ਐਸ ਪਰ ਲਾਫ ਆਫ ਦਿ ਲੈਂਡ ਪੰਜਾਬ ਦੇ ਅੰਦਰ ਕੰਮ ਕਰ ਰਹੇ ਆ ਕਿ ਕੋਈ ਵੀ ਮਗਰਬਾਚੀ ਨੇ ਪੰਜਾਬ ਨੂੰ ਬਰਬਾਦ ਕੀਤਾ ਉਹਨੂੰ ਨਹੀਂ ਛੱਡਾਂਗੇ ਉਹਨੂੰ ਲੈ ਕੇ ਆਵਾਂਗੇ ਨੇਰੀ ਪਾਣੀ ਜਿਹੜਾ ਹੈਗਾ ਉਹ ਕਿੱਦਾਂ ਤੱਕ ਪਹੁੰਚਾਉਣਾ ਅਸੀਂ ਉੱਪਰਲਾ ਪਾਣੀ ਵਿਅਰਥ ਕਰ ਲਿਆ ਥੱਲੇ ਵਾਲਾ ਖਤਮ ਕਰ ਲਿਆ ਸਾਨੂੰ ਕੈਂਸਰ ਮਿਲਿਆ ਹਰੀ ਕ੍ਰਾਂਤੀ ਦਾ ਰੰਗ ਨੇ ਸਾਨੂੰ ਲਾਲ ਰੰਗ ਦਿੱਤਾ ਸਾਨੂੰ ਲਹੂ ਲੋਹਾਨ ਕੀਤਾ ਨਹਿਰੀ ਪ੍ਰੋਜੈਕਟ ਦੇ ਲਈ ਕਿੰਨਾ ਪੈਸਾ ਰੱਖਿਆ ਗਿਆ ਤਾਂ ਜੋ ਕਿ ਮਾਲਵੇ ਦੇ ਟਿੱਬਿਆਂ ਤੇ ਤੁਸੀਂ ਨਹਿਰਾਂ ਦਾ ਪਾਣੀ ਚੜਾ ਸੋ ਜਿੱਥੇ ਤੱਕ ਜਿਹੜਾ ਪੰਜਾਬੀ ਚ ਕਹਿੰਦੇ ਸੁਆ ਜਾਂਦਾਗਾ ਕੱਸੀ ਜਾਂਦੀ ਆ ਕੋਈ ਵੀ ਜਿਹੜਾ ਸਾਧਨਾ ਉਜਾਦਾਗਾ ਉੱਥੇ ਕਸੀਂ ਪਾਣੀ ਜਿਹੜਾ ਲੈ ਕੇ ਜਾਣਾਗਾ ਪਹਿਲੀ ਅਪ੍ਰੈਲ ਨੂੰ ਮਾਨ ਸਾਹਿਬ ਨੇ ਡਿਊਟੀ ਲਈ ਅਫਸਰਾਂ ਦੀ ਮੇਰੇ ਸਾਹਮਣੇ ਲਾਈਏ ਤੇ ਪਹਿਲੀ ਅਪ੍ਰੈਲ ਨੂੰ ਜਿਹੜਾ ਪਾਣੀ ਆ ਉਹ ਟੈਲੈਂਡ ਦੇ ਉੱਤੇ ਜਿੱਥੇ ਜੇ ਆਪਾਂ ਗੱਲ ਕਰੀਓ ਮਾਨਸਾ ਦੇ ਟਿੱਬਿਆਂ ਤੱਕ ਜਿਹੜਾ ਹੈਗਾ ਪਾਣੀ ਚੜਾਉਣਾ ਗਾ ਮੁਲਕ ਦੀ ਹਾਕਮ ਜਮਾਤ ਨੇ 2013 ਚ ਵਾਅਦਾ ਕੀਤਾ ਸੀ ਅਸੀਂ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ ਉਹਨਾਂ ਦੀ ਆਮਦਨ ਦੁੱਗਣੀ ਹੋਈ ਏ ਕਿ ਨਹੀਂ ਹੋਈ ਪਰ ਉਹਨਾਂ ਦਾ ਕਰਜ਼ਾ ਦੁੱਗਣਾ ਹੋ ਗਿਆ ਦੇਖੋ ਇਹ ਸਮੱਸਿਆ ਇੱਕ ਦਿਨ ਚ ਹੱਲ ਨਹੀਂ ਹੋਣੀ ਵਰਕਸ਼ਾਪਾਂ 'ਚ ਅੱਡੇਾਂ 'ਚ ਖੜੇ ਸਰਕਾਰੀ ਲਾਰੀਆਂ ਨੂੰ ਸਰਕਾਰੀ ਡਰਾਈਵਰ ਕਦੋਂ ਤੱਕ ਨਸੀਬ ਹੋਜਣਗੇ ਖਰਚਾ ਤੁਹਾਡੇ ਵਿਭਾਗ ਚ ਹੋਣਾ ਜੇ ਚੀਜ਼ਾਂ ਖੜੀਆਂ ਹੀ ਖੰਡਰ ਹੋ ਗਈਆਂ ਤੇ ਉਹਨਾਂ ਦਾ ਫਾਇਦਾ ਕੋਈ ਨਹੀਂ ਮੈਂ ਤੁਹਾਡੀ ਫਾਈਲ ਦੇਖਣਾ ਸਵੇਰੇ ਸੀਐਮ ਸਾਹਿਬ ਦੇ ਨਾਲ ਤੁਸੀਂ ਇਹਦੀ ਫੋਟੋ ਪੰਜਾਬ ਦੇ ਲੋਕਾਂ ਨੂੰ ਦਿਖਾਈ ਸੀਗੀ ਇਹ ਫਲਕਾਰੀ ਹੈ ਫਲਕਾਰੀ ਦਾ ਇੱਕ ਰੂਪ ਹੁੰਦਾ ਬਾਗ-ਬਾਗ ਬਹੁਤ ਸੰਘਣਾ ਹੁੰਦਾ ਪੰਜਾਬ ਦੇ ਵਿੱਚ ਉਹ ਸੰਘਣਾਪਣ ਰਿਸ਼ਤਿਆਂ ਦੇ ਵਿੱਚ ਗੂੜਾਪਣ ਫਰਾਖ ਦੇਲੀ ਇਤفاق ਉਹ ਸਾਰਾ ਕੁਝ ਸਮੇਂ ਦੇ ਨਾਲ ਘਟਦਾ ਹੈ ਅਜੇ ਬਜਟ ਫਲਕਾਰੀ ਦੇ ਵਿੱਚ ਆਇਆ ਅਸੀਂ ਕਹਾਂਗੇ ਕਿ ਅੱਗੇ ਬਾਗ ਦੇ ਵਿੱਚ ਆਵੇ ਔਰ ਇਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਪੰਜਾਬ ਦਾ ਹਰ ਛੋਟਾ ਵਰਗ ਹਰ ਵੱਡਾ ਵਰਗ ਇਹਦੇ ਵਿੱਚ ਸਮਾਵੇ ਬਹੁਤ ਸਾਰੀਆਂ ਵੱਡੇ ਵਾਅਦੇ ਕੀਤੇ ਆ ਉਹ ਵਾਅਦੇ ਨੂੰ ਪੂਰੇ ਕਰਨ ਉਹ ਜਦੋਂ ਵਾਅਦੇ ਪੂਰੇ ਹੋ ਜਾਣਗੇ ਮੈਨੂੰ ਲੱਗਦਾ ਕਿ ਉਹ ਬਾਗ ਬਣ ਜੂਗਾ ਸਸਿਕਾਲ ਰੋਜ਼ਾਨਾ ਸਪੋਕਸਮੈਨ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ ਸਾਡੇ ਸਾਰੇ ਮੀਡੀਆ ਸਾਥੀਆਂ ਨੇ ਮਾਣਯੋਗ ਖਜ਼ਾਨੇ ਦੇ ਵਜ਼ੀਰ ਹਰਪਾਲ ਚੀਮੋਹਰ ਨਾਲ ਇੰਟਰਵਿਊ ਕੀਤੀ ਗੱਲਬਾਤ ਕੀਤੀ ਲਗਭਗ ਮੇਰੇ ਸਾਰੇ ਸਾਥੀਆਂ ਨੇ ਸਾਰੇ ਸੱਜਣਾ ਨੇ ਸਾਰੇ ਸੀਨੀਅਰ ਨੇ ਉਹ ਸਾਰੇ ਮੁੱਦੇ ਛੂਏ ਹੋਣਗੇ ਜਿਹੜੇ ਪੰਜਾਬ ਦੀ ਦੁੱਖ ਦੀ ਰਗ ਨਾਲ ਜੁੜੇ ਹੋਏ ਹੈ ਪੰਜਾਬ ਦੀ वेदना ਨਾਲ ਜੁੜੇ ਹੋਇਆ ਉਹਦੀ ਸੰਵੇਦਨਾ ਨਾਲ ਜੁੜੇ ਹੋਇਆ ਇਹ ਬਹੁਤ ਛੋਟੀ ਇੰਟਰਵਿਊ ਕਰਾਂਗੇ ਬਹੁਤ ਸੀਮਤ ਗੱਲਬਾਤ ਕਰਾਂਗੇ ਘੱਟ ਸ਼ਬਦਾਂ ਦੇ ਵਿੱਚ ਕਰਾਂਗੇ ਪਰ ਕੁਝ ਅਹਿਮ ਮੁੱਦਿਆਂ ਦੇ ਉੱਤੇ ਕਰਾਂਗੇ ਇਸ ਲਈ ਇੰਟਰਵਿਊ ਤੁਹਾਡੇ ਲਈ ਜ਼ਰੂਰੀ ਹੋ ਸਕਦੀ ਹੈ ਵੇਖਣੀ ਨਾ ਵੇਖਣੀ ਤੁਹਾਡੀ ਮਰਜ਼ੀ ਹੈ ਪਰ ਅਸੀਂ ਆਪਣੇ ਕੁਝ ਫਰਜ਼ ਜ਼ਰੂਰ ਅਦਾ ਕਰਾਂਗੇ ਬਹੁਤ ਕੁਝ ਹੁੰਦਾ ਬਜਟ ਦੇ ਵਿੱਚ ਬਜਟ ਕਰੋੜਾਂ ਦੇ ਵਿੱਚ ਹੁੰਦਾ ਬਹੁਤ ਸਰੀਆਂ ਲੰਮੀਆਂ ਚੌੜੀਆਂ ਫਿਗਰਸ ਹੁੰਦੀਆਂ ਨੇ ਸੁਣਨ ਨੂੰ ਲੱਗਦਾ ਕਿ ਬਹੁਤ ਕੁਝ ਹੈ ਪੰਜਾਬ ਦੇ ਸਿਰ ਕਰਜ਼ਾ 3 ਲੱਖ ਕਰੋੜ ਦਾ ਹੈ ਬਜਟ 1 ਲੱਖ 96000 ਸਮਥਿੰਗ ਕਰੋੜ ਦਾ ਬਜਟ ਹੈ ਸੋ ਇਹ ਇੱਕ 파ੜ ਦੇ ਦਰਮਿਆਨ ਕਿਵੇਂ ਪੰਜਾਬ ਤਰੱਕੀ ਦੀ ਲੀਹਾਂ ਤੇ ਦੌੜਦਾ ਨਜ਼ਰ ਆਏਗਾ ਇਹ ਸਾਰੀਆਂ ਗੱਲਾਂ ਜਿਹੜੇ ਪੰਜਾਬ ਖਜ਼ਾਨੇ ਦੇ ਵਜ਼ੀਰ ਹਰਪਾਲ ਚੀਮਾ ਹੋਰਾਂ ਦੇ ਮੁਖਾਰਬੇੰਚੋਂ ਸੁਣਾਂਗੇ ਚੀਮਾ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਸ਼ੁਕਰੀਆ ਠੀਕ ਠਾਕ ਉਹ ਪਹਿਲਾਂ ਇਹ ਦੱਸੋ ਬਿਲਕੁਲ ਠੀਕ ਠਾਕ ਪੰਜਾਬ ਦੇ ਖਜ਼ਾਨੇ ਦੀਆਂ ਕੁੰਜੀਆਂ ਲੋਕਾਂ ਨੇ ਤੁਹਾਡੇ ਹੱਥ ਦੇ ਦਿੱਤੀਆਂ ਔਰ ਇਹ ਪਹਿਲਾਂ ਇੱਕ ਖਾਸ ਵਿਅਕਤੀ ਮਨਪ੍ਰੀਤ ਬਾਦਲ ਹੋਰਾਂ ਦੀ ਮੁxtਲਫ ਪਾਰਟੀਆਂ ਸਰਕਾਰਾਂ ਦੇ ਜ਼ਰੀਏ ਉਹਨਾਂ ਦੇ ਹੱਥ ਦੇ ਵਿੱਚ ਰਹੀਆਂ ਨੇ ਉਹਨਾਂ ਨੇ ਕਿਹਾ ਸੀ ਕਿ ਮੈਂ ਪੰਜਾਬ ਦੇ ਕਰਜ਼ੇ ਦੀ ਪੰਡ ਹੌਲੀ ਕਰਨੀ ਹੈ ਔਰ ਇਹ ਪੰਡ ਲਾ ਦੇਣੀ ਹੈ ਪਰ ਹੋਇਆ ਉਲਟ ਸਤਮ ਜ਼ਰੀਫੀ ਦੇਖੋ ਕਿ ਪੰਡ ਭਾਰੀ ਹੋ ਗਈ ਹੁਣ ਤੁਸੀਂ ਇਹ ਪੰਡ ਹੌਲੀ ਕਰਨ ਵੱਲ ਵੱਧ ਰਹੇ ਹੋ ਜਾਂ ਹੋਰ ਜ਼ਿਆਦਾ ਭਾਰੇ ਕਰਨ ਵੱਲ ਵੱਧ ਰਹੇ ਹੋ ਕਿਉਂਕਿ ਇਲਜ਼ਾਮ ਤੁਹਾਡੇ ਉੱਤੇ ਲੱਗਦਾ ਹੈ ਕਿ ਜਦੋਂ ਦੇ ਆਏ ਹੋ ਕਰਜ਼ਾ ਹੀ ਲਈ ਜਾ ਰਹੇ ਹੋ ਕਰਜ਼ਾ ਹੀ ਲਈ ਜਾ ਰਹੇ ਆ ਦੇਖੋ ਇਹ ਕਰਜ਼ੇ ਵਾਲਾ ਇੱਕ ਪੱਖ ਜਿਹੜਾ ਹੈਗਾ ਦਿਖਾਈ ਦਿੰਦਾ ਹੈਗਾ ਇਹ ਕਰਜ਼ਾ ਕੋਈ ਰਾਤੋਂ ਰਾਤ ਨਹੀਂ ਪੰਜਾਬ ਦੇ ਅੰਦਰ ਵਧਿਆ ਔਰ ਲੰਬਾ ਆਰਸਾ ਪੰਜਾਬ ਦੇ ਅੰਦਰ ਤਿੰਨ ਪਾਰਟੀਆਂ ਸਰਕਾਰ ਰਹੀ ਆ ਅਕਾਲੀ ਦਲ ਭਾਜਪੀ ਦੀ ਸਾਂਝੀ ਸਰਕਾਰ ਉਦੋਂ ਵੀ ਉਹ ਸਰਦਾਰ ਜੀ ਉਹਨਾਂ ਚ ਮੰਤਰੀ ਹੁੰਦੇ ਸੀਗੇ ਫਿਰ ਕਾਂਗਰਸ ਪਾਰਟੀ ਦੀ ਸਰਕਾਰ ਆਈ ਉਹਦੇ ਵਿੱਚ ਵੀ ਮੰਤਰੀ ਹੁੰਦੇ ਸੀ ਹੁਣ ਸ਼ਾਇਦ ਕਿਸੇ ਹੋਰ ਪਾਰਟੀ ਚਲੇ ਗਏ ਮਤਲਬ ਸੱਤਾ 'ਚ ਰਹਿਣ ਦੀ ਆਦਤ ਤੇ ਭੁੱਖ ਜਿਹੜੀ ਆ ਮਨੁੱਖ ਨੂੰ ਪੈਦਾ ਹੋਈ ਆ ਉਹ ਸਟੇਟ ਨਾਲ ਕੋਈ ਉਹਨਾਂ ਦਾ ਪਿਆਰ ਨਹੀਂ ਸੂਬੇ ਨਾਲ ਕੋਈ ਪਿਆਰ ਨਹੀਂ ਹੈਗਾ ਜਿੱਥੇ ਬਿਲਕੁਲ ਇਹ ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਉੱਤੇ ਕਰਜ਼ਾ ਜਿਹੜਾ ਹੈਗਾ ਉਹਨਾਂ ਦੇ ਸਮੇਂ ਲਗਭਗ 3 ਲੱਖ ਕਰੋੜ ਦੇ ਸਮੇਂ ਹੀ ਉਹਨਾਂ ਦੇ ਸਮੇਂ ਪਹੁੰਚ ਗਿਆ ਸੀਗਾ ਸਾਡੀ ਸਰਕਾਰ ਆਉਣ ਤੋਂ ਬਾਅਦ ਬਹੁਤ ਸਾਰੇ ਖੇਤਰਾਂ ਦੇ ਅੰਦਰ ਅਸੀਂ ਨਵੀਆਂ ਪਹਿਲ ਕਦਮੀਆਂ ਕੀਤੀਆਂ ਬਹੁਤ ਸਾਰੀ ਨਵੀਆਂ ਪਹਿਲ ਕਦਮੀਆਂ ਕੀਤੀਆਂ ਜਿਨ੍ਹਾਂ ਦੇ ਰਾਹੀਂ ਪੰਜਾਬ ਦਾ ਰੈਵਨਿਊ ਜਿਹੜਾਗਾ ਪੰਜਾਬ ਦਾ ਪੈਸਾ ਜਿਹੜਾਗਾ ਉਹ ਵਧਾਇਆ ਗਿਆ ਮੈਂ ਕਾਫੀ ਸਾਰੇ ਇਸ ਤਰ੍ਹਾਂ ਦੇ ਇੰਡੀਕੇਟਰ ਤੁਹਾਡੇ ਨਾਲ ਸਾਂਝੇ ਕਰ ਸਕਦਾਗਾ ਜੋ ਦਰਸਾਉਂਦੇ ਨੇਗੇ ਕਿ ਪਿਛਲੇ ਜਦੋਂ ਇਹਨਾਂ ਸਜਣਾਵੀ ਸਰਕਾਰ ਹੁੰਦੀ ਸੀਗੀ ਕਦੇ ਇਹਨਾਂ ਨੇ ਰੈਵਨਿਊ ਵਧਾਉਣ ਦਾ ਯਤਨ ਨਹੀਂ ਕੀਤਾ ਹੋ ਸਕਦਾ ਕਿ ਬਹੁਤ ਸਾਰੇ ਸੈਕਟਰਸ ਦੇ ਵਿੱਚ ਤੁਸੀਂ ਰੈਵਨਿਊ ਜਨਰੇਟ ਕੀਤਾ ਹੋਵੇ ਜਿਹੜਾ ਵੱਡਾ ਵਾਅਦਾ ਪਾਰਟੀ ਦੇ ਜਿਹੜੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਪੰਜਾਬੀਆਂ ਨਾਲ ਕੀਤਾ ਗਿਆ ਸੀ ਕਿ ਰੇਤੇ ਤੋਂ ਅਸੀਂ ਇੰਨੇ ਹਜ਼ਾਰ ਕਰੋੜ ਕਮਾਵਾਂਗੇ ਉਹ ਕਹਿੰਦੇ ਪਿਛਲੇ ਦੋ ਦਹਾਕਿਆਂ ਦੇ ਵਿੱਚ ਵੀ ਫਿਗਰ ਟੋਟਲ ਕਰ ਲੀਓ ਦਾ ਉਹਦਾ ਸੰਭ ਵੀ ਉਹਦੇ ਨੇੜੇ ਤੇੜੇ ਨਹੀਂ ਪਹੁੰਚਦਾ ਹੈਗਾ ਹੋ ਸਕਦਾ ਬਹੁਤ ਸਾਰੀਆਂ ਮਜਬੂਰੀਆਂ ਨੇ ਹੁਣ ਹੋਰ ਪਾਸੋਂ ਕਮਾਈ ਉੱਥੇ ਉੱਥੇ ਆ ਰਿਹਾ ਸੀਗਾ ਕਿ ਪੰਜਾਬ ਦੇ ਅੰਦਰ ਨਵੀਂ ਐਕਸਰਸਾਈਜ਼ ਦੀ ਪਾਲਿਸੀ ਆਈ ਔਰ 45% ਦਾ ਵਾਧਾ ਰੈਵਨਿਊ ਜਿਹੜਾ ਪੰਜਾਬ ਨੇ ਕਮਾਇਆ ਹੂੰ ਕਿਸੇ ਸਮੇਂ ਇਹਨਾਂ ਦੇ ਸਮੇਂ 6600 ਕਰੋੜ ਰੁਪਏ ਤੇ ਦੀ ਰੈਵਨਿਊ ਖੜਾ ਸੀ 6600 ਯਾਨੀ 6000 ਕਰੋੜ ਦਾ ਰੈਵਨਿਊ ਸੀ ਅੱਜੋ ਵੱਧ ਕੇ 9000 ਕਰੋੜ ਰੁਪਏ ਵਿਦਨ ਇਅਰ ਇੱਕ ਸਾਲ ਦੇ ਅੰਦਰ ਹੋ ਗਿਆ ਨਵੀਂ ਪਾਲਿਸੀ ਇਹਦੇ ਆਉਣ ਦੇ ਨਾਲ ਟੈਕਸ ਰੈਵਨਿਊ ਦੇ ਵਿੱਚ ਜਿਹੜਾ ਨੌਨ ਟੈਕਸ ਰੈਵਨਿਊ ਹੁੰਦਾਗਾ ਉਹ 26% ਦਾ ਵਾਧਾ ਜੀਐਸਟੀ ਦੇ ਅੰਦਰ ਅਸੀਂ 25% ਟਾਰਗੇਟ ਮਿਸਿਆ 23% ਦਾ ਵਾਧਾ ਜਿੰਨੇ ਅਸੀਂ ਟਾਰਗੇਟ ਮਿੱਥੇ ਉਹਨਾਂ ਦੇ ਨੇੜੇ ਤੇ ਜਿਹੜੇ ਅਸੀਂ ਜਾ ਕਰਾਸ ਕਰ ਲਿਆ ਜਾ ਉਹਨਾਂ ਨੂੰ ਬਹੁਤ ਸਾਰੇ ਉਹ ਤਾਂ ਕਰਾਸ ਕਰ ਮੈਂ ਇੱਕ ਮਹੀਨਾ ਕੰਪਲੀਟ ਕਰਾ ਕਰਾਸ ਵੀ ਕਰ ਲਿਆ ਜਾਂ ਪ੍ਰਾਪਤ ਹੋ ਚੁੱਕੇ ਹਾਂ ਅੱਜ ਵੀ ਬਹੁਤ ਪਿੱਛੇ ਆਂ ਦੇਖੋ ਮੈਂ ਮੰਨਦਾਗਾ ਫਿਰ ਯਤਨ ਕਿਨੇ ਕਰਨੇ ਸੀਗੇ ਜੀ ਜਦੋਂ 5 ਸਾਲ ਪੰਜਾਬ ਦੇ ਅੰਦਰ ਜੀਐਸਟੀ ਰਜੀਮ ਆਈ 2017 ਚ ਆਈ 17 ਚਾੜਸਰ ਸਰਕਾਰ ਡਿਊਟੀ ਕੀ ਦੀ ਬਣਦੀ ਸੀ ਇਹਨਾਂ ਸਜਣਾ ਦੀ ਬਣਦੀ ਸੀ ਜਿਹੜੇ ਬੋਲ ਰਹੇ ਨੇ ਕਿ 5 ਸਾਲ ਕੋਈ ਕੰਮ ਨਹੀਂ ਕੀਤਾ ਕੰਪੰਸੇਸ਼ਨ ਤੇ ਡਿਪੈਂਡ ਕਰਦੇ ਰਹੇ ਸਾਡੀ ਸਰਕਾਰ ਬਣੀ ਆ ਅਸੀਂ ਹੁਣ ਸਾ ਟੈਕਸ ਇੰਟੈਲੀਜੈਂਟ ਜੁਨਟ ਇਨਫੋਰਸਮੈਂਟ ਨੂੰ ਵਧਾਉਣਾ ਕਿਉਂ ਵਧਾ ਰਿਹਾ ਕਿਉਂ ਟੈਕਸ ਇੰਟੈਲੀਜੈਂਟ ਜੁਨਟ ਤਾਂ ਵਧਾ ਰਿਹਾ ਤਾਂ ਕਿ ਜਿਹੜੀ ਆ ਪੰਜਾਬ ਦੇ ਰੈਵਨਿਊ ਦੀ ਜਿਹੜੀ ਆ ਉਦੀ 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 ਚ ਜਿਹੜੀ ਆ ਵਾਦਾ ਹੋਵੇ ਸੋ ਯਤਨ ਕਰ ਰਿਹਾਗੇ ਅਸੀਂ ਇਹਨਾਂ ਦੇ ਸਮੇਂ ਕੋਈ ਤੁਸੀਂ ਮੈਂ ਬਹੁਤ ਸਾਰੇ ਇਸ ਤਰ੍ਹਾਂ ਦੇ ਇੰਡੀਕੇਟਰ ਸ਼ੋ ਕਰ ਸਕਦਾ ਕਿਆ ਇਹਦੀ ਰਿਪੋਰਟ ਦਿਖਾ ਸਕਦਾ ਇਹਨਾਂ ਚ ਮਾਈਨਸ ਹੁੰਦੇ ਰਹੇ ਨੇ ਜੇ ਯਾਨੀ ਕਿ ਚਾਰ ਜਿਹੜੀ ਐਲੋਕੇਸ਼ਨ ਛੋਟੀ ਜਿਹੀ ਜਾਨੀ ਜੇ 4000 ਜੇ 4000 ਦਾ ਸੀ ਨਾ ਵੀ ਇਸ ਸਾਲ ਮੰਨ ਲਓ 4000 ਕਮਾਇਆ ਤਾਂ ਉਹ ਤੋਂ ਅਗਲੇ ਸਾਲ 2800 ਤੇ ਖਰ ਕੇ ਜਾ ਕੇ ਫਲਕਚੁਏਸ਼ਨ ਬਹੁਤ ਫਲਕਚੁਏਸ਼ਨ ਹੁੰਦੇ ਰਹੇ ਨੇ ਲੋਕ ਕਿਉਂ ਕਿ ਇਹਨਾਂ ਨੇ ਪੰਜਾਬ ਦੇ ਅੰਦਰ ਇੱਕ ਵੱਡਾ ਮਾਫੀਆ ਰਾਜ ਦੀ ਸਿਰਜਣਾ ਕੀਤੀ ਹੋਈ ਸੀ ਕਿਤੇ ਟਰਾਂਸਪੋਰਟ ਦਾ ਮਾਫੀਆ ਚੱਲ ਰਿਹਾ ਕਿਤੇ ਸ਼ਰਾਬ ਦਾ ਮਾਫੀਆ ਚੱਲ ਰਿਹਾ ਕਿਤੇ ਰੇਤ ਦਾ ਮਾਫੀਆ ਚੱਲ ਰਿਹਾ ਹੈਗਾ ਮੈਂ ਉੱਥੇ ਤੁਹਾਡੇ ਵਾਲੀ ਗੱਲ ਤੇ ਹੁਣ ਰੇਤ ਦਾ ਮਾਫੀਆ ਤੁਸੀਂ ਮਾਫੀਆ ਤੋੜਤਾ ਹਾਂ ਚਾਹੇ ਰੇਤ ਦੇ ਵਿੱਚ ਹੋਵੇ ਸੈਲ ਹੋਵੇ ਲੈਂਡ ਹੋਵੇ ਲੀਕਰ ਹੋਵੇ ਟਰਾਂਸਪੋਰਟ ਹੋਵੇ ਇੱਕ ਸਾਲ ਦੇ ਵਿੱਚ ਮਾਫੀਆ ਟੁੱਟ ਗਿਆ ਮਾਫੀਆ ਟੁੱਟ ਰਿਹਾ ਹੈਗਾ ਗਰਾਊਂਡ ਤੋਂ ਟੁੱਟਿਆ ਗਰਾਊਂਡ ਤੋਂ ਟੁੱਟ ਰਿਹਾ ਹੈਗਾ ਬਿਲਕੁਲ ਕਿਤੇ ਮਾੜਾ ਬੁੱਟਾ ਜੇ ਹੋ ਸਕਦਾ ਹੈ ਹਜੇ ਪਰ ਲੇਕਿਨ ਮੋٹے ਤੌਰ ਦੇ ਉੱਤੇ ਜਿਹੜਾ ਹੈਗਾ ਵੱਡੇ ਤੌਰ ਦੇ ਉੱਤੇ ਟੁੱਟ ਚੁੱਕਿਆ ਹੈਗਾ ਜੇ 9 ਮਹੀਨਿਆਂ ਦੇ ਵਿੱਚ ਜੇ ਮਾਫੀਆ ਟੁੱਟਿਆ ਤਾਂ ਹੀ ਵਧਿਆ ਹਮ ਪੰਜਾਬ ਦੇ ਅੰਦਰ ਜਿਹੜੀ ਬਾਹਰਲੇ ਸੂਬਿਆਂ ਦੀ ਸਮਗਲਿੰਗ ਹੁੰਦੀ ਸੀਗੀ ਕਿ ਜੀ ਆਹ ਜਾ ਰਹੀ ਹੈ ਚੰਡੀਗੜ੍ਹ ਤੋਂ ਭਰ-ਭਰ ਕੇ ਟਰੱਕ ਉਹ ਆ ਰਹੇ ਨੇ ਜੀ ਹਰਿਆਣੇ ਤੋਂ ਭਰ-ਭਰ ਕੇ ਟਰੱਕ ਜੇ ਉਹ ਟੁੱਟਿਆ ਮਾਫੀਆ ਤਾਂ ਹੀ ਪੰਜਾਬ ਦਾ ਰੈਵਨਿਊ ਵਧਿਆ ਸੋ ਅਸੀਂ ਬਿਲਕੁਲ ਰੈਵਨਿਊ ਜਿਹੜਾ ਉਹ ਵਧਿਆਗਾ ਤੁਸੀਂ ਮਾਇਨਿਕ ਦੀ ਗੱਲ ਕੀਤੀ ਹੈ ਜਿਹੜੀ ਪਾਲਿਸੀ ਸੀਗੀ ਉਹ ਪੁਰਾਣੀ ਸਰਕਾਰ ਨੇ ਲਾਗੂ ਕੀਤੀ ਹੋਈ ਸੀ ਅੱਜ ਨਵੀਂ ਅੱਜ ਦੀ ਕੈਬਨਟ ਨੇ ਜਿਹੜੀ 3:30 ਮਿੰਟ ਦੇ ਉੱਤੇ ਕੈਬਨਟ ਹੋਈ ਹੈ ਉਹਦੇ ਵਿੱਚ ਮਾਨ ਸਾਹਿਬ ਨੇ ਨਵੀਂ ਪਾਲਿਸੀ ਜਿਹੜੀ ਆ ਉਹ ਮਾਈਨਿੰਗ ਦੀ ਲੈ ਕੇ ਆਏ ਕਿਉਂਕਿ ਅੱਜ ਥੋੜੇ ਵਿਜੀ ਸੀਗੀ ਇਸ ਕਰਕੇ ਮੈਂ ਉਹਨੂੰ ਡਿਟੇਲ ਦੇ ਅੰਦਰ ਪੜ੍ਹ ਨਹੀਂ ਸਕਿਆ ਹੈਗਾ ਸੋਬ ਮਿਨਿਸਟਰ ਸਾਹਿਬਾਨ ਨੇ ਉਹਨੇ ਤਿਆਰ ਕੀਤੀ ਸੀ ਪਾਲਿਸੀ ਪੂਰੇ ਆਫੀਸਰ ਸਾਹਿਬਾਨ ਨੇ ਬਿਲਕੁਲ ਉਹਦੇ ਵਿੱਚ ਵੀ ਵਾਅਦਾ ਹੋਊਗਾ ਮੈਂ ਦਾਅਵੇ ਨਾ ਕਹਣਾ ਵਾਅਦਾ ਹੋਊਗਾ ਪਾਲਿਸੀ ਅੱਜ ਅਡਾਪਟ ਕੀਤੀ ਆ ਪਾਲਸੀ ਅਡਾਪਟ ਕੀਤੀਆਂ ਕਿੰਨੀਆਂ ਪਾਲਸੀਆਂ ਨਵੀਂ ਆ ਜਾਂਦੀਆਂ ਨੇ ਪੰਜਾਬ ਦੇ ਅੰਦਰ ਟੂਰਿਜ਼ਮ ਪਾਲਸੀ ਆ ਜਾਂ ਪੰਜਾਬ ਦੇ ਅੰਦਰ ਐਡਵੈਂਚਰ ਟੂਰਿਜ਼ਮ ਦੀ ਪਾਲਸੀ ਆ ਜਾਂ ਪੰਜਾਬ ਦੇ ਅੰਦਰ ਵਾਟਰ ਟੂਰਿਜ਼ਮ ਦੀ ਪਾਲਸੀ ਆ ਜਾਂ ਪੰਜਾਬ ਦੇ ਅੰਦਰ ਇੰਡਸਟਰੀ ਦੀ ਪਾਲਸੀ ਆ ਜਾਂ ਪੰਜਾਬ ਦੇ ਅੰਦਰ ਲੋਜਿਸਟਿਕ ਐਂਡ ਲੋਜਿਸਟਿਕ ਦੀ ਪਾਲਸੀ ਮਤਲਬ ਇੱਕ ਨਵੀਂ ਅਸੀਂ ਪਾਲਸੀ ਇੰਟਰੋਡਿਊਸ ਕਰ ਰਹੇ ਹਾਂ ਕਿਉਂ ਕਰ ਰਹੇ ਹਾਂ ਕਿ ਪੰਜਾਬ ਦਾ ਰੈਵਨਿਊ ਵਧੂਗਾ ਜਦੋਂ ਪੰਜਾਬ ਦੇ ਅੰਦਰ ਨਿਵੇਸ਼ਕਰ ਆਉਣਗੇ ਜਦੋਂ ਪੰਜਾਬ ਦੇ ਅੰਦਰ ਉਦਯੋਗ ਆਉਣਗੇ ਸਾਡੇ ਬੱਚਿਆਂ ਨੂੰ ਨੌਕਰੀ ਵੀ ਮਿਲੂਗੀ ਰੋਜ਼ਗਾਰ ਵੀ ਮਿਲੂਗਾ ਪਰ GST ਬਦੂਗਾ ਇਕਨੋਮੀ ਜਿਹੜੀ ਹੈ ਸਾਡੀ ਤਾਕਤ ਬਣੂਗੀ ਦੇਖੋ ਤੁਸੀਂ ਮੁxtਲਫ ਜਿਹੜੇ ਚੈਨਲ ਨੇ ਸਾਡੇ ਸਾਰੇ ਮਾਨਯੋਗ ਸਤਕਾਰਯੋਗ ਸਾਰਿਆਂ ਨੂੰ ਸਾਰੀਆਂ ਗੱਲਾਂ ਦੱਸੀਆਂ ਹੋਣਗੀਆਂ ਡੈਫੀਨੇਟਲੀ ਮੈਂ ਤੁਹਾਡਾ ਜ਼ੋਰ ਵੀ ਨਹੀਂ ਲਵਾਉਂਗਾ ਕਿਉਂਕਿ ਉਹ ਸਾਰੀਆਂ ਗੱਲਾਂ ਲੋਕਾਂ ਤੱਕ ਪਹੁੰਚਣ ਗਿਆ ਮੈਂ ਚਾਹੁੰਦਾ ਕੁਝ ਇੱਕ ਪਹਿਲੂ ਜਿਹੜੇ ਬਹੁਤ ਛੋਟੇ ਹੋਣਗੇ ਇਸ ਇੰਟਰਵਿਊ ਨੂੰ ਦੇਖਣ ਵਾਲੇ ਵੀ ਇਹ ਵੀ ਸੋਚਦੇ ਹੋਣਗੇ ਕਿ ਯਾਰ ਇਹ ਕੋਈ ਕਰਨ ਵਾਲੀਆਂ ਗੱਲਾਂ ਥੋੜੀ ਨੇ ਪਰ ਉਹ ਗੱਲਾਂ ਬਹੁਤ ਵੱਡੀਆਂ ਹੋ ਸਕਦੀਆਂ ਨੇ ਮੈਂ ਉਹਨਾਂ ਚੋਂ ਇੱਕ ਗੱਲ ਤੇ ਪਾਣਾ ਜਿਹੜਾ ਤੁਹਾਡਾ ਫਿਗਰ 2017 ਦੇ ਵਿੱਚ ਸੀਗਾ ਲੋਕਾਂ ਨੇ ਉਹਨੂੰ 5 ਨਾਲ ਗੁਣਾ ਕਰਕੇ 22 ਦੇ ਵਿੱਚ ਤੁਹਾਨੂੰ ਇੱਥੇ ਭੇਜਦਾ ਉਹਦਾ ਕਾਰਨ ਇੱਕੋ ਸੀਗਾ ਇੱਕ ਤੁਸੀਂ ਐਜੂਕੇਸ਼ਨ ਦਾ ਦੂਜਾ ਤੁਸੀਂ ਜਿਹੜਾ ਮੈਡੀਕਲ ਦਾ ਵਾਅਦਾ ਲੋਕਾਂ ਨਾਲ ਦਿੱਲੀ ਮਾਡਲ ਦਾ ਕੀਤਾ ਪਰ ਅੱਜ ਹੋਇਆ ਉਲਟਾ ਇਸ ਬਜਟ ਦੇ ਵਿੱਚ ਉਚੇਰੀ ਸਿੱਖਿਆ ਦਾ ਬਹੁਤ ਸੀਮਤ ਬਜਟ ਰੱਖਿਆ ਗਿਆ 990 ਕਰੋੜ ਕਹਿਣ ਨੂੰ ਸੁਣਨ ਨੂੰ ਬਹੁਤ ਵੱਡਾ ਹੈ ਕਿ 1000 ਕਰੋੜ ਦੇ ਪਹੁੰਚ ਜਾਂਦਾ ਪਰ ਇੱਕ ਇੱਕ ਯੂਨੀਵਰਸਿਟੀ ਦੇ ਨਾਲ ਅਲਾਈਡ ਜਿਹੜੇ ਕਾਲਜਿਸ ਨੇ ਉਹਨਾਂ ਦੀ ਗਿਣਤੀ ਕਿੰਨੀ ਹੈ ਪ੍ਰਾਈਵੇਟ ਕਾਲਜਿਸ ਦੀ ਐਡਿਟ ਕਾਲਜਿਸ ਦੀ ਗਿਣਤੀ ਕਿੰਨੀ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਫਿਗਰ 990 ਕਰੋੜ ਦੀ ਉਹਨਾਂ ਲਈ ਇਨਫ ਹੈ ਬਿਲਕੁਲ ਇਹ ਸਾਰਾ ਬਿਲਕੁਲ ਉਹਨਾਂ ਤੋਂ ਜਿਹੜਾ ਡਾਟਾ ਆਇਆ ਸੀ ਉਹ ਦੇਖ ਕੇ ਮੇਰੀ ਸਪੈਸ਼ਲ ਮੀਟਿੰਗ ਹੋਈ ਸੀਗੀ ਮੈਂ ਤਾਂ ਸਪੈਸ਼ਲ ਮੀਟਿੰਗ ਬਜਟ ਤੋਂ ਪਹਿਲਾਂ ਕੀਤੀ ਹੈ ਕਿ ਯੂਨੀਵਰਸਟੀਆਂ ਨੂੰ ਜਾਂ ਯੂਨੀਵਰਸਿਟੀ ਦੇ ਸਬੰਧਤ ਕਾਲਜਾਂ ਨੂੰ ਕਿੰਨੇ ਪੈਸੇ ਚਾਹੀਦੇ ਨੇਗੇ ਹਾਂ ਦੇਖ ਕੇ ਕਿਸੇ ਦਾ ਘੱਟ ਰਹਿ ਗਿਆ ਉਹ ਪੂਰਾ ਕਰਾਂਗੇ ਸਾਡੀ ਜ਼ਿੰਮੇਵਾਰੀ ਬਣਦੀ ਅਸੀਂ ਜੁਮੇਰਤੋਂ ਹੀ ਭਜਦੇ ਬਹੁਤ ਸਾਰੀਆਂ ਜਿਹੜੀ ਯੂਨੀਵਰਸਿਟੀ ਨੇਗੀਆਂ ਉਹ ਸੈਲਫ ਫਾਈਨਾਂਸ ਨੇ ਕਿ ਆਪਣੇ ਕੋਲ ਉਹਨਾਂ ਦੇ ਕੋਲ ਸਾਧਨ ਨੇ ਕਿ ਉਹ ਆਪਣੇ ਸਾਧਨ ਪੂਰੇ ਕਰਨੀ ਨੇਗੀਆਂ ਹਾਂ ਇੱਕਾ ਦੁੱਕਾ ਜਿਹੀ ਯੂਨੀਵਰਸਟੀਆਂ ਦੇ ਅੰਦਰ ਜਿਹੜੀ ਕਿਸੇ ਨਾ ਕਿਸੇ ਪੁਰਾਣੀਆਂ ਬੇਨਿਜ਼ਬੀਆਂ ਦੇ ਕਾਰਨ ਪੁਰਾਣੀਆਂ ਉਹਨਾਂ ਦੀਆਂ ਗਲਤੀਆਂ ਦੇ ਕਾਰਨ ਉਹਦੇ ਵਾਈਸ ਚਾਂਸਲਰਾਂ ਦੀਆਂ ਗਲਤੀਆਂ ਦੇ ਕਾਰਨ ਜਿਹੜਾ ਹੈਗਾ ਖੜੋਤ ਆਈ ਜਾ ਉਹਨੂੰ ਅਸੀਂ ਦੂਰ ਕਰਾ ਕੇ ਸਾਡੀ ਜਨਵਰੀ ਬਣਦੀ ਹੈ ਪੋਲਿਟੀਕਲ ਪੋਸਟ ਬਣ ਕੇ ਰਹਿ ਗਿਆ ਕਿਸੇ ਦੀਆਂ ਕੀਤੀਆਂ ਵਿਚਾਰੇ ਮੁਲਾਜ਼ਮ ਵਿਚਾਰੇ ਪ੍ਰੋਫੈਸਰ ਵਿਚਾਰੇ ਸਭ ਤੋਂ ਵੱਧ ਵਿਚਾਰਯੋਗ ਵਿਦਿਆਰਥੀ ਕਿਉਂ ਭੁਗਤਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੱਲ ਕਰੂੰਗਾ ਮਾਲਵੇ ਦੀ ਰੂਹੇ ਰਵਾ ਹੈ ਮਾਲਵੇ ਦਾ ਦਿਲ ਹੈ ਉਹ ਯੂਨੀਵਰਸਿਟੀ ਜੇ ਉਹ ਯੂਨੀਵਰਸਿਟੀ ਉਹ ਧਾਰਾ ਬੰਦ ਹੋ ਜਾਂਦਾ ਪੰਜਾਬ ਦੇ ਲੱਖਾਂ ਨੌਜਵਾਨ ਜਿਹੜੇ ਆ ਪੜਨ ਤੋਂ ਅਸਮਰਥ ਰਹਿ ਸਕਦੇ ਹਾਲਾਂਕਿ ਗੱਲ ਸੁਣਨ ਨੂੰ ਐ ਲੱਗੇਗੀ ਕਿ ਕਿਦਾਂ ਹੋ ਸਕਦਾ ਜਿਹੜੀ ਯੂਨੀਵਰਸਿਟੀ 12000 ਰੁਪਏ ਦੇ ਵਿੱਚ ਐਮਏ ਕਰਾ ਦਿੰਦੀ ਹੈ ਉਸ ਖਿੱਤੇ ਦੇ ਲੋਕਾਂ ਦੇ ਬੱਚਿਆਂ ਨੂੰ ਜਿਹਦਾ ਕੋਲੇ ਦੋ ਦੋ ਢਾਈ ਢਾਈ ਕਿੱਲੇ ਜ਼ਮੀਨ ਹੈ ਉਸ ਯੂਨੀਵਰਸਿਟੀ ਟੱਪਣ ਤੋਂ ਬਾਅਦ 70 7000 ਦੀ ਐਮਏ ਹੁੰਦੀ ਹੈ ਬਾਕੀ ਕੁਰਸੀਸ ਮੈਂ ਗੱਲ ਨਹੀਂ ਕੀਤੀ ਉਹ ਨਹੀਂ ਕਰਾ ਪਾਉਣਗੇ ਮੈਨੂੰ ਲੱਗਦਾ ਸਾਡੇ ਪਉ ਵੇਖ ਜਿਹੜਾ ਉਹ ਇੱਕ ਕਾਲੇ ਦੌਰ ਦੇ ਵਿੱਚ ਜਾ ਸਕਦਾ ਪੜਾਈ ਵਾਲੇ ਪੱਖੋਂ ਉਹਦੀ ਜਿਹੜੀ ਗ੍ਰਾਂਟ 150 ਕਰੋੜ ਤੋਂ ਕਦੇ 200 ਕਰੋੜ ਹੋਈ ਸੀ ਉਹ ਘਟ ਗਈ ਆ ਉਹਨੂੰ ਫੇਰ ਬ੍ਰੇਕ ਲੱਗੀ ਪਿਛਲੇ ਸਾਲ 4 ਕਰੋੜ ਦੀ ਲੱਗੀ ਐ ਕਿ ਹੋਰ ਜ਼ਿਆਦਾ ਲੱਗੀ ਆ ਇਹਦਾ ਕੀ ਕਾਰਨ ਹੈ ਮਤਲਬ ਦੇਖੋ ਐਸੈਟਸ ਤੇ ਲਾਇਬਿਲਟੀਜ਼ ਦੇ ਵਿੱਚ ਫਰਕ ਆ ਸੌਰੀ ਮੈਂ ਤੁਹਾਨੂੰ ਰੋਕ ਰਿਹਾ ਕਈ ਚੀਜ਼ਾਂ ਸਰਕਾਰਾਂ ਦੇ ਉੱਤੇ ਬੋਝ ਨਹੀਂ ਹੁੰਦੀਆਂ ਜ਼ਿੰਮੇਵਾਰੀ ਹੁੰਦੀਆਂ ਸੋ এডਿਕੇਸ਼ਨ ਉਹਨਾਂ ਦੇ ਵਿੱਚੋਂ ਮੈਨੂੰ ਲੱਗਦਾ ਇੱਕ ਚੀਜ਼ ਹੈ ਔਰ ਤੁਹਾਡੀ ਪਾਰਟੀ ਦਾ ਤਾਂ ਬੜਾ ਖੂਬਸੂਰਤ ਬੜਾ ਸੋਹਣਾ ਇਹ ਨਾਰਾ ਤੇ ਜ਼ਿੰਮੇਵਾਰੀ ਹੈ ਬਿਲਕੁਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਦਰ ਜਿਹੜੀਆਂ ਪ੍ਰਾਣਿਕ ਸਮੇਂ ਦੇ ਅੰਦਰ ਬੇਨਿਜ਼ਮੀਆਂ ਹੋ ਜਾਂ ਗਲਤੀਆਂ ਹੋ ਜਾਂ ਵਿੱਤੀ ਪ੍ਰਬੰਧਨ ਨੂੰ ਠੀਕ ਠੰਗ ਨਾਲ ਨਹੀਂ ਕੀਤਾ ਗਿਆ ਜਿਉਂਦੇ ਉੱਤੇ 150 ਕਰੋੜ ਰੁਪਏ ਦਾ ਕਰਜ਼ਾ ਗਿਆ ਹਾਲਾਤ ਬਿਲਕੁਲ ਤੁਹਾਡੀ ਸਹੀ ਗੱਲ ਹੈ ਕਿ ਬਾੜੇ ਦੇਗੇ ਪਰ ਲੇਕਿਨ ਉਹਨੂੰ ਅਸੀਂ ਬਿਲਕੁਲ ਵੀ ਮੰਨ ਨਹੀਂ ਹੋਣ ਦੇਵਾਂਗੇ ਜਿੰਨੀ ਵੱਣਦੀ ਸਹੈਤਾਗੀ ਇਸ 990 ਕਰੋੜ ਦੇ ਵਿੱਚੋਂ ਜਿਹੜੇ ਸੀ ਰੱਖੀ ਆ ਉਹਦੀ ਬਣਦੀ ਸਹਾਇਤਾ ਅਸੀਂ ਕਰਾਂਗੇ ਸਾਡਾ ਫਰਜ ਬਣਦਾ ਕਿਉਂਕਿ ਮਾਲਵੇ ਦੇ ਬਿਲਕੁਲ ਮਾਲਵੇ ਦਾ ਦਿਲ ਆਹੋ ਜੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਨੂੰ ਪ੍ਰੋਮੋਟ ਕਰਨ ਵਾਲੀ ਯੂਨੀਵਰਸਿਟੀ ਹੈ ਉਸ ਯੂਨੀਵਰਸਿਟੀ ਦੇ ਸਾਡੀ ਅਜ ਦੀ ਸਰਕਾਰ ਦੇ ਵਿੱਚ ਖੁਦ ਮੈਂ ਸਾਡੇ ਬਹੁਤ ਸਾਰੇ ਸਾਥੀ ਖੁਦਮਾਨ ਸਾਹਿਬ ਮਾਨਜੋਗ ਸੀਐਮ ਸਾਹਿਬ ਉੱਥੇ ਦੀ ਪ੍ਰੋਡਕਟ ਨੇ ਉਥੋਂ ਵਿਦਿਆਸਰ ਕੀਤੀ ਹੈ ਉਹਨੂੰ ਬਿਲਕੁਲ ਵੀ ਕੋਈ ਆਂਚ ਨਹੀਂ ਆਉਣ ਦੇਵਾਂਗੇ ਉਹਦੇ ਲਈ ਜਿੰਨੇ ਵੀ ਸਾਧਨਾਂ ਦੀ ਲੋੜ ਹੋਵੇ ਅਸੀਂ ਡਟ ਕੇ ਖੜਾ ਮਾਨ ਸਾਹਿਬ ਦਾ ਦਿਲ ਦੁੱਖਿਆ ਕਿਤੇ ਥੋੜਾ ਕੈਬਨਿਟ ਮੀਟਿੰਗ ਦੇ ਵਿੱਚ ਸੁਣਨ ਦੇ ਵਿੱਚ ਆਇਆ ਵੀ ਉਹਨਾਂ ਨੂੰ ਲੱਗਿਆ ਵੀ ਬਜਟ ਥੋੜਾ ਜਿਹਾ ਘੱਟ ਹੈ ਯੂਨੀਵਰਸਿਟੀ ਲਈ ਨਹੀਂ ਨਹੀਂ ਦੇਖੋ ਮਾਨ ਸਾਹਿਬ ਨੇ ਮੈਨੂੰ ਪਹਿਲਾਂ ਹੀ ਕਿਹਾ ਕਿ ਆਪਾਂ ਯੂਨੀਵਰਸਿਟੀ ਦੇ ਲਈ ਕੰਮ ਕਰਨਾ ਕੋ ਕਰ ਰਹੇ ਆਂ ਕਿ ਅਸੀਂ ਉਹ ਜਿੰਨੀਆਂ ਬੀਨਿਜ਼ਬੀਆਂ ਨੇ ਉਹਤੇ ਵੀ ਜਿਹੜੀ ਕਾਰਵਾਈ ਚੱਲ ਰਹੀ ਉਹ ਵੀ ਠੀਕ ਕਰਾਂਗੇ ਕਿਉਂਕਿ ਉੱਥੇ ਮੈਨੂੰ ਮੈਨੂੰ ਜਿੰਨਾਕ ਮੋਟੇ ਰੂਪ ਚ ਪਤਾ ਲੱਗਿਆ ਕਿ ਉੱਥੇ ਨੌਨ ਟੀਚਿੰਗ ਸਟਾਫ ਤਾਂ ਜਿਹੜਾ ਉਹ ਸਿਖਰਾਂ ਨੂੰ ਸ਼ੋ ਗਿਆ ਨੌਨ ਟੀਚਿੰਗ ਸਟਾਫ ਤਾਂ ਜਿਹੜਾ ਹੈਗਾ ਉਹਦੀ ਤਾਂ ਭਰਤੀ ਇਸ ਲੈਵਲ ਤੇ ਕਰਤੀ ਵੀ ਲਿਆ ਬਾਈ ਜੇ ਕੀ ਕਹਿੰਦੇ ਹਾਂ ਸੁੰਦਰੇ ਜੇ ਨਵੀਂ ਬੱਸ ਨਹੀਂ ਹੈਗੀ ਤਾਂ ਨਵੀਂ ਬੱਸ ਵੀ ਪਾ ਦਿਓ ਨਾ ਡਰਾਈਵਰ ਵੀ ਰੱਖ ਦਿਓ ਤੇ ਨਾ ਕਨੈਕਟਰ ਵੀ ਰੱਖ ਦਿਓ ਇਹ ਹਾਲਾਤ ਉੱਥੇ ਚੱਲਦੇ ਰਹੇ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਇਹ ਉੱਥੇ ਕੰਮ ਹੋਇਆ ਹੁਣ ਉੱਥੇ ਅਧਿਆਪਕ ਜਿਨ੍ਹਾਂ ਨੇ ਬੱਚਿਆਂ ਨੂੰ ਪੜਾਉਣ ਦਾ ਕੰਮ ਕਰਨਾ ਉਹਨਾਂ ਦੀ ਗਿਣਤੀ ਘਟ ਗਈ ਇਹ ਸਾਡਾ ਫਰਜ਼ ਵਧਦਾ ਬਿਲਕੁਲ ਬਾਖੂਬੀ ਨਿਭਾਵਾਂਗੇ ਔਰ ਜਿੰਨੀ ਵੀ ਲੋੜ ਹੋਊ ਅਸੀਂ ਦੇਵਾਂਗੇ ਅੱਗੇ ਵਧਦੇ ਹਾਂ ਬਹੁਤ ਸਾਰੇ ਵਿਭਾਗ ਮੇਜੇ ਹੈ ਇੱਥੇ ਤੁਸੀਂ ਕਹਿੰਦਾ ਕਿ ਸਾਡੇ ਕੋਲ ਬੰਦੇ ਬਹੁਤ ਹੈ ਪਰ ਬਹੁਤ ਸਾਰੇ ਵਿਭਾਗ ਮੇਜੇ ਹੈ ਜਿੱਥੇ ਬ ਟ੍ਰਾਂਸਪੋਰਟ ਦੀ ਗੱਲ ਕਰ ਲਈਏ ਸਕੂਲਾਂ ਦੀ ਗੱਲ ਕਰ ਲਈਏ ਕਾਲਜੇਜ਼ ਦੀ ਗੱਲ ਕਰ ਲਈਏ ਜਿਹੜੇ ਲੱਗੇ ਹੋਏ ਆ ਉਹ ਇਕੱਠ ਤਨਖਾਹ ਕਰਕੇ ਸੜਕਾਂ ਤੇ ਬੈਠੇ ਆ ਉਹਨਾਂ ਦੇ ਲਈ ਕੋਈ ਸੋਚਿਆ ਬਿਲਕੁਲ ਪਹਿਲੀ ਵਾਰ ਆ ਕਿ ਪਹਿਲੇ 10 ਮਹੀਨਿਆਂ ਦੇ ਦੌਰਾਨ ਅਸੀਂ ਜਿਹੜੇ ਆਊਟਸੋਰਸ ਦੇ ਅੰਦਰ ਇਹ ਜਜ਼ਰ ਇੱਕ ਕੰਟਰੈਕਟ ਬੇਸ ਤੇ ਸੀ ਜੀ ਜਿਹੜੇ ਕੰਟਰੈਕਟ ਬੇਸ ਤੇ ਕੰਮ ਹੈ ਸੀ ਉਹਨਾਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈਗੀ ਔਰ 25000 ਤੋਂ ਉੱਪਰ ਸਾਮੀਆਂ ਜਿਹੜੀਆਂ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਨੇਗੇ ਔਰ ਲਗਭਗ 25000 ਦੇ ਨੇੜੇ ਜਿਹੜੀਆਂ ਸਾਡੀਆਂ ਪੋਸਟਾਂ ਨੇਗੀਆਂ ਉਹਨਾਂ ਦੀ ਐਡਵਰਟਾਈਜ਼ਮੈਂਟ ਹੋਈ ਹੋਈ ਹੈਗੀ ਉਹ ਬੜੀ ਜਲਦੀ ਫਿਲ ਕੀਤੀਆਂ ਜਾ ਰਹੀਆਂ ਨੇਗੀਆਂ ਪਹਿਲੀ ਵਾਰ ਆ ਕਿ 6% ਦੀ ਡੀਏ ਵਿਦਨ ਟਾਈਮ ਅਸੀਂ ਦਿੱਤੀਆਂ ਨਹੀਂ ਤੇ ਪੁਰਾਣੇ ਸਮੇਂ ਚ ਉਹ ਜਿਹੜੇ ਸਰਦਾਰ ਜੀ ਤੁਸੀਂ ਗੱਲ ਕਰਦੇ ਹੋ ਹੋ ਗਿਆ ਜੀ ਖਾਲੀ ਆ ਜੀ ਖਾਲੀ ਆ ਜੀ ਖਾਲੀ ਆ ਜੀ ਕੋਈ ਕੰਮ ਕਰਨ ਦੀ ਯਤਨ ਨਹੀਂ ਕੀਤਾ ਨਾ ਪੈਸੇ ਵਧਾਉਣ ਦਾ ਯਤਨ ਕੀਤਾ ਨਾ ਲੋਕਾਂ ਨੂੰ ਰਾਹਤ ਦੇਣ ਦਾ ਯਤਨ ਕੀਤਾ ਬਲਕਿ ਇਹਦਾ ਮਤਲਬ ਕੀ ਹੁੰਦਾ ਕਿ ਤੁਸੀਂ ਓਵਰਆਲ ਬਰਬਾਦੀ ਜਿਸ ਹਿਸਾਬ ਪਾ ਰਹੇ ਹੋ ਤੁਸੀਂ ਹਰ ਸਿਸਟਮ ਨੂੰ ਤਬਾਹ ਕਰਨਾ ਚਾਹੁੰਦੇ ਹੋਗੇ ਅਸੀਂ ਬਿਲਕੁਲ ਅਸੀਂ ਦੇਖੋ ਸਾਡੀ ਟੀਮ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਆਂਗੇ ਇੱਕ ਇੱਕ ਪੈਸਾ ਜਿਹੜਾ ਉਹ ਅਸੀਂ ਸਾਡੇ ਚ ਕੋਈ ਵੀ ਇਸ ਤਰ੍ਹਾਂ ਦਾ ਮਨੁੱਖ ਨਹੀਂ ਹੈਗਾ ਜਿਹੜਾ ਬਰਬਾਦ ਕਰ ਰਿਹਾ ਹੈਗਾ ਅਸੀਂ ਐਕਸਪੈਂਡੀਚਰ ਖਰਚੇ ਘਟਾ ਰਹੇ ਆਂ ਅਸੀਂ ਕਹਿ ਰਹੇ ਕਿ ਨਹੀਂ ਭਾਈ ਘਟਖਾ ਲੋ ਸਾਲ ਦੇ ਤੌਰ ਤੇ ਘਟਖਾ ਲੋ ਖਰਚੇ ਘਟਾਓ ਖਰਚੇ ਘਟਾਓ ਰੈਵ ਪੰਜਾਬ ਦੀਆਂ ਬੇਸਿਕ ਮੁੱਦੀਆਂ ਲੋੜਾਂ ਲੱਗੀਆਂ ਉਹ ਪੂਰੀਆਂ ਨਹੀਂ ਸਾਡੀ ਗਰੰਟੀ ਆ ਹਰ ਇੱਕ ਬੰਦਾ ਜੀਮਾ ਸਾਹਿਬ ਦੋ ਤਿੰਨ ਕਿ ਰੋਟੀ ਹੀ ਨੇ ਸੱਟ ਪਰ ਗੱਲ ਇਹ ਆ ਵੀ ਜਿਹੜੇ ਮੋਟੇ ਖਾ ਗਏ ਜਿਹੜੇ ਮੋਟੇ ਉਹ ਉਹ ਕਿਸੇ ਤਰ੍ਹਾਂ ਘਟਾਈਆਂ ਨੇ ਕੋਈ ਵੱਡੀ ਮਿਸਾਲ ਦੇ ਦੇ ਸਰ ਦੇਖੋ ਜਿਹੜੇ ਜਿਨ੍ਹਾਂ ਨੇ ਖਾ ਲਿਆ ਜੋ ਜੇਲ੍ਹਾਂ ਦੀ ਸਲਾਖਾਂ ਦੇ ਪਿੱਛੇ ਬੈਠੇ ਨੇਗੇ ਔਰ ਜਿਹੜੇ ਹੋਰ ਨੇ ਉਹਨਾਂ ਦੇ ਖਿਲਾਫ ਜਾਂਚ ਜਿਹੜੀ ਐਸ ਪਰ ਲਾਫ ਆਫ ਦਿ ਲੈਂਡ ਪੰਜਾਬ ਦੇ ਅੰਦਰ ਕੰਮ ਕਰ ਰਹੇ ਆਗੇ ਮਨ ਜੋ ਸੀਐਮ ਸਾਹਿਬ ਜਿਹੜਾ ਹੈਗਾ ਲਗਾਤਾਰ ਉਹਦੀ ਦੇਖਰੇਖ ਕਰ ਰਹੇ ਨੇ ਕਿ ਕੋਈ ਵੀ ਮਗਰਮਤ ਜੀ ਨੇ ਪੰਜਾਬ ਨੂੰ ਬਰਬਾਦ ਕੀਤਾ ਉਹਨੂੰ ਨਹੀਂ ਛੱਡਾਂਗੇ ਉਹਨੂੰ ਲੈ ਕੇ ਆਵਾਂਗੇ ਮੈਂ ਜੇ ਛੋਟੀ ਜੀ ਗੱਲ ਕਰਾਂਗੇ ਅਸੀਂ 3000 ਕਰੋੜ ਰੁਪਇਆ ਸਿੰਕਿੰਗ ਫੰਡ ਦੇ ਵਿੱਚ ਕਨਸੋਲੀਡੇਟਿਡ ਸਿੰਕਿੰਗ ਫੰਡ ਦੇ ਅੰਦਰ ਇਨਵੈਸਟ ਕੀਤਾ ਉਹ ਕਰਨ ਦੇ ਨਾਲ ਕੀ ਹੋਇਆ ਕਿ ਅਸੀਂ ਸਾਨੂੰ ਸ਼ਾਰਟ ਟਰਮ ਲੋਨ ਜਿਹੜੇ ਸੌਫਟਵਰ ਲੋਨ ਜਿਹੜੇ ਤੋਂ ਮਿਲੇ ਅਸੀਂ ਵਿਆਜ ਮੈਂ ਛੋਟੀ ਗੱਲ ਆ ਇਹ ਵੈਸੇ ਤੁਹਾਨੂੰ ਲੱਗੂਗੀ ਕਿ ਅਸੀਂ ਵਿਆਜ ਜਿਹੜਾ ਹੈਗਾ ਵਿਆਜ ਘਟਾ ਲਿਆ ਜੇ ਅਸੀਂ ਉਹ ਨਾ ਕਰਦੇ ਤਾਂ ਜਿਹੜਾ ਹੈਗਾ ਵਿਆਜ ਦੀ ਦਰਵਾਜ ਨੇ ਸੀ ਯਾਨੀ ਸਾਨੂੰ 8% ਵਿਆਜ ਤੇ ਕਰਜ਼ਾ ਲੈਣਾ ਪੈਣਾ ਸੀਗਾ ਸਾਨੂੰ 3% ਵਿਆਜ ਦੇ ਅਸੀਂ ਕਰਦੇ ਤੇ ਘਟਾ ਲਿਆ ਜੇ ਉਹ ਥੋੜੇ ਸਮੇਂ ਦਾ ਸੀ 6 ਮਹੀਨੇ 2 ਮਹੀਨੇ ਦਾ ਲਿਆ ਲੈ ਕੇ ਅਸੀਂ ਉਹ ਸਰਕਲ ਕਮਾ ਕੇ ਆਪਣੀ ਇਕਨੋਮੀ ਨੂੰ ਠੀਕ ਰੱਖਿਆ ਜੇ ਅਸੀਂ ਇੱਕ ਪੈਨਸ਼ਨ ਇੱਕ ਵਿਧਾਇਕ ਇੱਕ ਪੈਨਸ਼ਨ ਖਤਮ ਕੀਤੀ ਸੀ ਤੁਹਾਨੂੰ ਯਾਦ ਹੋਊਗਾ ਕਿ ਲਗਭਗ 21 ਕਰੋੜ ਰੁਪਇਆ ਬਚਿਆ 21 ਕਰੋੜ ਰੁਪਇਆ ਬਚਿਆ 5 ਸਾਲਾਂ ਚ 100 ਕਰੋੜ ਰੁਪਇਆ ਬਚਿਆ ਉਹ 100 ਕਰੋੜ ਰੁਪਇਆ ਜੇ ਮੈਂ ਇੱਕ ਸਾਲ ਦੀ ਗੱਲ ਕਰਾਂ ਇੱਕ ਸਾਲ ਦੀ ਗੱਲ ਕਰਾਂ ਤਾਂ ਘੱਟੋ ਘੱਟ ਪੰਜਾਬ ਦੇ ਕਿੰਨੇ ਸਕੂਲਾਂ ਦੇ ਦੁਆਰਾ ਬਣ ਜਾਣਗੇ ਕਿੰਨੇ ਸਕੂਲਾਂ ਦੇ ਟਾਇਲਟ ਬਣ ਜਾਣਗੇ ਸੋ ਇਹਦਾ ਮਤਲਬ ਕੀ ਹੈ ਕਿ ਅਸੀਂ ਬਚਾਉਣ ਦਾ ਯਤਨ ਕਰ ਰਹੇ ਹਾਂ ਕਿ ਤੋ 20 ਕਰੋੜ ਬਚ ਗਿਆ ਕਿ ਤੋ 50 ਕਰੋੜ ਬਚ ਗਿਆ ਕਿ ਤੋ 40 ਕਰੋੜ ਬਚ ਗਿਆ ਇਹ ਛੋਟੀਆਂ-ਛੋਟੀਆਂ ਬਚਤਾਂ ਨੇਗੀਆਂ ਛੋਟੀਆਂ ਬਚਤਾਂ ਕਹਿੰਦੇ ਇੱਕ ਵੱਡਾ ਰੂਪ ਜਿਹੜਾ ਹੈਗਾ ਉਹ ਸੂਬੇ ਨੂੰ ਪ੍ਰਦਾਨ ਕਰਦੀ ਹੈ ਨਾ ਉਹਦੇ ਉੱਤੇ ਅਸੀਂ ਲੱਗੇ ਹੋਏ ਜਿਵੇਂ ਛੋਟੇ ਹੁੰਦੇ ਸੁਣਦੇ ਸੀ ਡਾਕ ਖਾਣੇ ਦੀਆਂ ਛੋਟੀਆਂ ਬਚਤਾਂ ਵੱਡੇ ਫਾਇਦੇ ਮੇਰੇ ਸਵਾਲ ਤਾਂ 4-5 ਕੀ ਹੈ ਉਹ ਤੁਸੀਂ ਜਿੰਨਾ ਲੰਬਾ ਜਾਂ ਛੋਟਾ ਜਵਾਬ ਦੇਣਾ ਤੁਹਾਡੇ ਉੱਤੇ ਪਰ 5 ਕਿਤੇ ਮੈਂ ਪੁੱਛ ਕੇ ਰਹਿਣੇ ਆ ਹੁਣ ਅਸੀਂ ਥੋੜਾ ਜਿਹਾ ਅੱਗੇ ਵਧਦੇ ਹਾਂ ਅਸੀਂ ਗੱਲ ਕਰਦੇ ਹਾਂ ਪੰਜਾਬ ਜਿਹੜੀ ਹੈ ਉਹ ਖੇਤੀਬਾੜੀ ਦੇ ਉੱਤੇ ਨਿਰਭਰ ਕਰਦਾ ਸੂਬਾ ਪਰ ਹੁਣ ਹਾਲਾਤ ਬਦਲ ਗਏ ਆ ਜੇ ਅਸੀਂ ਬੇਸਿਕਲੀ ਐਗਰੀਕਲਚਰ ਇਕਨੋਮਿਸਟਾਂ ਬੈਠੀਏ ਉਹ ਮੰਨਦੇ ਆ ਕਿ ਹੁਣ ਇਹ ਖੇਤੀਬੀ ਸੂਬਾ ਨਹੀਂ ਰਿਹਾ ਪਰ ਇਹਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਪਰ ਉਹਦੇ ਲਈ ਸਭ ਤੋਂ ਬਹੁਤ ਜ਼ਰੂਰੀ ਗੱਲ ਹੈ ਜਿਹੜੀ ਗੱਲ ਤੁਹਾਡੀ ਸਰਕਾਰ ਨੇ ਚਲੋ ਤੋਰੀ ਆ ਪਹਿਲਾਂ ਤੋਰੀ ਨਹੀਂ ਨਹਿਰੀ ਪਾਣੀ ਜਿਹੜਾ ਹੈਗਾ ਉਹ ਖੇਤਾਂ ਤੱਕ ਪਹੁੰਚਾਉਣਾ ਅਸੀਂ ਉੱਪਰਲਾ ਪਾਣੀ ਵਿਅਰਥ ਕਰ ਲਿਆ ਥੱਲੇ ਵਾਲਾ ਖਤਮ ਕਰ ਲਿਆ ਇਸੇ ਕਰਕੇ ਹੁਣ ਸਾਨੂੰ ਮਿਲਿਆ ਕੀ ਐ ਸਾਨੂੰ ਕੈਂਸਰ ਮਿਲਿਆ ਹਰੀ ਕ੍ਰਾਂਤੀ ਦਾ ਰੰਗ ਨੇ ਸਾਨੂੰ ਲਾਲ ਰੰਗ ਦਿੱਤਾ ਸਾਨੂੰ ਲਹੂ ਲਹਾਨ ਕੀਤਾ ਗੱਲ ਇਹ ਐ ਕਿ ਨਹਿਰੀ ਪ੍ਰੋਜੈਕਟ ਦੇ ਲਈ ਕਿੰਨਾ ਪੈਸਾ ਰੱਖਿਆ ਗਿਆ ਤਾਂ ਜੋ ਕਿ ਮਾਲਵੇ ਦੇ ਟਿੱਬਿਆਂ ਤੇ ਤੁਸੀਂ ਨਹਿਰਾਂ ਦਾ ਪਾਣੀ ਛਿੜਾ ਸੋ ਬਿਲਕੁਲ ਸਤਾਰ ਭਗਵੰਤ ਸਿੰਘ ਮਾਜੀ ਨੇ ਫੈਸਲਾ ਕੀਤਾ ਸੀ ਸੀਐਮ ਸਾਹਿਬ ਨੇ ਕਿ ਟੇਲ ਐਂਡ ਤੱਕ ਅੰਤਿਮ ਜਿੱਥੇ ਤੱਕ ਜਿਹੜਾ ਹੈਗਾ ਪੰਜਾਬੀ ਚ ਕਹਿੰਦੇ ਸੁਆ ਜਾਂਦਾਗਾ ਕੱਸੀ ਜਾਂਦੀ ਆ ਜਿਹੜਾ ਹੈਗਾ ਕੋਈ ਵੀ ਜਿਹੜਾ ਸਾਧਨ ਉਹ ਜਾਂਦਾਗਾ ਉੱਥੇ ਕਸੀਂ ਪਾਣੀ ਜਿਹੜਾ ਲੈ ਕੇ ਜਾਣਾਗਾ ਸੋ 100% ਨਹਿਰੀ ਪਾਣੀ ਦੀ ਅਸੀਂ ਵਰਤੋਂ ਜਿਹੜੀ ਉਹ ਯਕੀਨੀ ਬਣਾਉਣਾ ਉਹਦੇ ਲਈ ਬਹੁਤ ਵੱਡਾ ਇੱਕ ਬਜਟ ਅਸੀਂ ਉਹਦੇ ਦਾ ਪ੍ਰਬੰਧਨ ਕੀਤਾਗਾ ਤਾਂ ਕਿ ਇਹ ਉਹਨਾਂ ਨਾਲ ਸਮੇਂ ਦੇ ਤੁਸੀਂ ਦੇਖੋਗੇ ਕਿ 100% ਪਹਿਲੀ ਵਾਰ ਅਸੀਂ ਐਲਾਨ ਕੀਤਾਗਾ ਕਿ ਨਰਮੇ ਦੀ ਫਸਲ ਜੇ ਉਹਨੂੰ 1 April ਨੂੰ ਪਾਣੀ ਮਿਲ ਜੇ ਜੇ ਨਰਮੇ ਦੀ ਫਸਲ ਨੂੰ 1 April ਨੂੰ ਪਾਣੀ ਮਿਲ ਜੇ ਔਰ ਤਿੰਨ ਪਾਣੀ ਲੱਗ ਜਾਣ ਤਾਂ ਨਰਮੇ ਦੀ ਫਸਲ ਉਹਦਾ ਸੁੜੀ ਲੱਗਦੀ ਇਹਨਾਂ ਦਾ ਕੋਈ ਬਰਬਾਦ ਹੁੰਦੀ ਆ ਬਲਕਿ ਉਹ ਹੋਰ ਤਾਕਤਵਰ ਹੁੰਦੀ ਆ ਸੋ ਪਹਿਲੀ April ਨੂੰ ਮਾਨਸਾਬ ਨੇ ਡਿਊਟੀ ਲਈ ਅਫਸਰਾਂ ਦੀ ਮੇਰੇ ਸਾਹਮਣੇ ਲਾਈ ਆ ਕਿ ਪਹਿਲੀ April ਨੂੰ ਜਿਹੜਾ ਪਾਣੀ ਆ ਉਹ ਟੇਲੈਂਡ ਦੇ ਉੱਤੇ ਜਿੱਥੇ ਜੇ ਆਪਾਂ ਗੱਲ ਕਰੀਓ ਮਾਨਸਾ ਦੇ ਟਿੱਬਿਆਂ ਤੱਕ ਜਿਹੜਾ ਹੈਗਾ ਪਾਣੀ ਚੜਾਉਣਾਗਾ ਸੋ ਬਿਲਕੁਲ ਉਦਰੀ ਅਸੀਂ ਪੁਖਤਾ ਇੰਤਜ਼ਾਮ ਜਿਹੜੇ ਨੇ ਕਿ ਉਹ ਕੀਤੇ ਨੇ ਕਿ ਬਜਟ ਉਹਦੇ ਲਈ ਪ੍ਰਬੰਧ ਰੱਖਿਆਗਾ ਪਾਣੀ ਜਿਹੜੀ ਆ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਨਹਿਰੀ ਪਾਣੀ ਦੀ ਵਰਤੋਂ ਜਿਹੜੀ ਆ ਉਹ ਹੋਵੇ ਪਹਿਲਾਂ ਇਹ ਇਹ ਟ੍ਰੈਂਡ ਚੱਲਿਆ ਡ੍ਰੌਪ ਇਰੀਗੇਸ਼ਨ ਸਿਸਟਮ ਬਾਰੇ ਵੀ ਕੁਝ ਸੋਚ ਰਹੇ ਹਾਂ ਕਿਉਂਕਿ ਉਹ ਲਗਤ ਉਹਦੀ ਬਹੁਤ ਘੱਟ ਹੈ ਫਾਇਦੇ ਉਹਦੇ ਜ਼ਿਆਦਾ ਨੇ ਘੱਟ ਪਾਣੀ ਦੇ ਵਿੱਚ ਵੱਧ ਹੋ ਸਕਦਾ ਉਸ ਵਾਲੇ ਪਾਸੇ ਵੀ ਬਿਲਕੁਲ ਸਬਸਿਡੀ ਸਬਸਿਡੀ ਦੇ ਉੱਤੇ ਡ੍ਰੌਪ ਇਰੀਗੇਸ਼ਨ ਦੇ ਜਿਹੜੇ ਨਵੇਂ ਕਨੈਕਸ਼ਨ ਚੱਰੀ ਹੋ ਡ੍ਰੌਪ ਇਰੀਗੇਸ਼ਨ ਵਾਲੇ ਸਿਸਟਮ ਜਿਹੜੇ ਹੁੰਦੇ ਨੇਗੇ ਪਰ ਸਾਡਾ ਜਿਹੜਾ ਫਰਸਟ ਬੁਕਸ ਆ ਅਸੀਂ ਨਹਿਰੀ ਖਾਲ ਪੱਕੇ ਕਰ ਰਹੇ ਹਾਂਗੇ ਜਦੋਂ ਤੱਕ ਨਹਿਰੀ ਖਾਲ ਪੱਕੇ ਕਰਕੇ ਦੁਬਾਰਾ ਨਵੇਂ ਮੋਗਿਆਂ ਤੇ ਜਿਹੜੀ ਐ ਪ੍ਰੋਵੀਜ਼ਨ ਜਿਹੜੀ ਤੁਸੀਂ ਮੈਂ ਆਪਦੇ ਹਲਕੇ ਦੀ ਜੀ ਗੱਲ ਕਰਾਂ ਬਹੁਤ ਸਾਰੇ ਮੋਗੇ ਪੱਟ ਤੇ ਬਹੁਤ ਸਾਰੇ ਖਾਲੇ ਪੱਟ ਤੇ ਸੀਗੇ ਉਹ ਦੁਬਾਰੇ ਮੋਗੇ ਲੱਗ ਰਹੇ ਨੇ ਦੁਬਾਰੇ ਖਾਲ ਬਣ ਰਹੇ ਨੇਗੇ ਤਾਂ ਕਿ ਪਾਣੀ ਪਹੁੰਚੇ ਨਹੀਂ ਦੇਖੋ ਜਬ ਜਦ ਤੱਕ ਕੋ ਪਾਣੀ ਨਹੀਂ ਪਹੁੰਚੂਗਾ ਤਸੀਏ ਧਰਤੀ ਹੇਟਲੇ ਪਾਣੀ ਦੀ ਬਚਾ ਸਕਾਂਗੇ ਧਰਤੀ ਹੇਟਲੇ ਪਾਣੀ ਦੀ ਕੰਜ਼ਮਪਸ਼ਨ ਅਸੀਂ ਬੁਰੀ ਤਰ੍ਹਾਂ ਕੀਤੀ ਆ ਦੇਸ਼ ਦਾ ਦੇਸ਼ ਦੇ ਲੋਕਾਂ ਦਾ ਟਟ ਪਰਣ ਲਈ ਅਸੀਂ ਪੰਜਾਬ ਦਾ ਪਾਣੀ ਧਰਤੀ ਹੇਟਲੇ ਪਾਣੀ ਯੂਜ਼ ਕੀਤਾਗਾ ਅੱਜ ਸਾਡਾ ਪਾਣੀ ਖਤਮ ਹੋ ਗਿਆ ਸੋ ਸਾਡੀ ਡਿਊਟੀ ਬਣਦੀ ਓ ਡਿਊਟੀ ਜਿਹੜੀ ਅਸੀਂ ਨਿਭਾ ਰਹੇ ਆ ਪਬਨ ਗੁਰੂ ਪਾਣੀ ਪਿੱਤਾ ਬਾਤਾ ਤਰਤ ਬਾਤ ਦਾ ਗੁਰੂ ਸਾਹਿਬਾਨ ਨੇ ਸਾਨੂੰ ਉਪਦੇਸ਼ ਦਿੱਤਾ ਉਹਦੇ ਤੇ ਅਸੀਂ ਬਿਲਕੁਕੁਲ ਕੰਮ ਕਰ ਰਹੇ ਆ ਅਗਲਾ ਸਿਸਟਮ ਹੈਲਥ ਵਾਲੇ ਦੇ ਪਾਸੇ ਆਵਾਂ ਇੱਕ ਵੱਡੀ ਪ੍ਰੋਬਲਮ ਹੈ ਉਹ ਕਹਿੰਦੇ ਆ ਕਿ 100 ਹੱਥ ਰੱਸਾ ਸ ਗੱਲ ਇਹ ਹੈ ਕਿ ਜਿਸ ਪ੍ਰੋਬੇਸ਼ਨ ਪੀਰੀਅਡ ਦੇ ਵਿੱਚ ਬਾਕੀ ਮੁਲਾਜ਼ਮਾਂ ਨੂੰ ਰੱਖਿਆ ਹੋਇਆ ਉਸੇ ਦੇ ਵਿੱਚ ਕਹਿੰਦੇ ਉਸੇ ਪ੍ਰਕਿਰਿਆ ਦੇ ਵਿੱਚ ਬਾੜੇ-ਬੁੱਟੇ ਫਰਕ ਦੇ ਨਾਲ ਡਾਕਟਰਸ ਨੇ ਜਿਹੜਾ ਬੰਦਾ ਲੱਖਾਂ ਰੁਪਈਆ ਕਰੋੜ ਤੱਕ ਵੀ ਉਹ ਅਮਾਉਂਟ ਪਹੁੰਚ ਜਾਂਦੀ ਹੈ ਮੈਡੀਕਲ ਸਾਇੰਸ ਦੀ ਵਿੱਦਿਆ ਹਾਸਲ ਕਰਨ ਤੋਂ ਬਾਅਦ ਡਾਕਟਰ ਬਣਨ ਲੱਗਦਾ ਉਹ ਕਦੇ ਵੀ ਪੰਜਾਬ ਦੇ ਵਿੱਚ ਇਤਿਹਾਸ ਬਣ ਗਿਆ ਅੱਜ ਤੱਕ ਕੋਈ ਵੈਕੈਂਸੀ ਨਿਕਲੇ ਉਹਦੇ ਤੇ ਹਜ਼ਾਰ ਐਪਲੀਕੈਂਟ ਹੁੰਦਾ ਪਰ ਜੇ ਡਾਕਟਰਾਂ ਦੀ ਹਜ਼ਾਰ ਦੇ ਨਿਕਲਦੀ ਉੱਤੇ 100 ਵੀ ਨਹੀਂ ਹੁੰਦਾ ਇਹ ਉਲਟ ਹੁੰਦਾ ਫਿਗਰ ਉਹਦਾ ਕਾਰਨ ਇਹ ਹੈ ਕਿ ਜਿੰਨੀ ਪੜ੍ਹਾਈ ਲਈਏ ਜੀ ਸਾਰੀ ਉਮਰ ਕੰਮ ਕਰਾਂਗੇ ਉੱਤੇ ਪੈ ਉਹਨਾਂ ਦੀ ਕੋਈ ਤਜਵੀਜ਼ ਲੈ ਕੇ ਆਉਣਗੇ ਕਿਉਂਕਿ ਤੁਸੀਂ ਸਰਕਾਰੀ ਹਸਪਤਾਲਾਂ ਨੂੰ ਮੁਹੱਲਾ ਕਲੀਨਿਕ ਨੂੰ ਡਿਸਪੈਂਸਰੀ ਨੂੰ ਪ੍ਰਮੋਟ ਕਰਨ ਲਈ ਕਾਫੀ ਕੁਝ ਕਰ ਰਹੇ ਹੋ ਪਰ ਉਹ ਤਾਂ ਚੱਲਣਗੇ ਜੇ ਉਹਨਾਂ 'ਚ ਸਰਕਾਰੀ ਡਾਕਟਰ ਹੋਣਗੇ ਬਿਲਕੁਲ ਬੜਾ ਅੱਛਾ ਸਵਾਲ ਹੈਗਾ ਪਹਿਲੀ ਵਾਰ ਹੋਇਆ ਕਿ ਜਿਹੜੇ ਰੈਜ਼ਿਡੈਂਸ ਡਾਕਟਰ ਨੇ ਉਹਨਾਂ ਦੀ ਭਰਤੀ ਹੋਇਆ ਪਹਿਲੀ ਵਾਰ ਹੀ ਹੋਇਆ ਪਿਛਲੇ ਵਾਰ ਤੁਸੀਂ ਵੀ ਸ਼ਾਇਦ ਕਵਰ ਕੀਤਾ ਹੋਣਾ ਕਿ 547 ਪੋਸਟਾਂ ਕੱਢੀਆਂ ਸੀ ਪੁਰਾਣੀ ਸਰਕਾਰ ਨੇ ਇਹ ਸਿੰਗਲ ਬੰਦੇ ਨੇ ਵੀ ਅਪਲਾਈ ਕੀਤਾ ਸੀ ਸਿੰਗਲ ਨੇ ਵੀ ਅਪਲਾਈ ਕੀਤਾ ਸੀਗਾ ਇਸ ਵਾਰ 370 ਜਿਹੜੇ ਹੈਗੇ ਨੇ ਨਿਯੁਕਤੀ ਪੱਤਰ ਜਾਰੀ ਹੋ ਚੁੱਕੇ ਨੇ ਨਵੇਂ ਡਾਕਟਰ ਆ ਰਹੇ ਨੇਗੇ ਆ ਜਿਹੜਾ ਮਹਾਰੀ ਦੇ ਅੰਦਰ ਅਸੀਂ ਲਿਵਰ ਐਂਡ ਬੈਲਰੀ ਸਾਇੰਸ ਦਾ ਅਸੀਂ ਹਸਪੀਟਲ ਖੋਲਿਆਗਾ ਉਹਦੇ ਅੰਦਰ ਮੈਂ ਬਹੁਤ ਜ਼ਿਆਦਾ ਤਨਖਾਹ ਜਦੋਂ ਮੇਰੇ ਕੋਲ ਫਾਈਲ ਆਈ ਕੇ ਜੀ ਮੈਨੂੰ ਪਤਾ ਸੀਗਾ ਕਿਉਂਕਿ ਇੰਸਟੀਚੂਟ ਆ ਵੱਡੀ ਇੰਸਟੀਚੂਟ ਆ ਨਹੀਂ ਆਉਣਾ ਡਾਕਟਰਾਂ ਨੇ ਮੈਂ ਪੂਰੀਆਂ ਤਰ੍ਹਾਂਾਂ ਹਾਂ ਜਿਹੜੀਆਂ ਪੀਜੀਆਈ ਲੈਵਲ ਦੀਆਂ ਨੇ ਜੇ ਵੱਡੀਆਂ ਇੰਸਟੀਚੂਨ ਦੇ ਲੈਵਲ ਦੀਆਂ ਨੇ ਉਹ ਨਿਰਧਾਰਤ ਕੀਤੀਆਂ ਤਾਂ ਹੀ ਡਾਕਟਰ ਆਉਣਗੇ ਜੇ ਡਾਕਟਰ ਆਉਣਗੇ ਤਾਂ ਹੀ ਸਾਡਾ ਇਲਾਜ ਹੋਊਗਾ ਨਹੀਂ ਜੇ ਆਪਾਂ ਲਿਵਰ ਟ੍ਰਾਂਸਪਲੈਂਟੇਸ਼ਨ ਦੀ ਗੱਲ ਕਰੀਏ 70 70 ਲੱਖ ਰੁਪਈਆ ਪ੍ਰਾਈਵੇਟ ਹਸਪੀਟਲਾਂ ਤੇ ਕਰੋੜ ਕਰੋੜ ਤੱਕ ਇੱਕ ਬੰਦੇ ਦੇ ਇਲਾਜ ਤੇ ਬਹੁੰ ਜਾਂਦਾ ਜੇ ਸਾਡੀ ਇੱਥੇ ਸਾਇੰਸ ਹੋਊਗੀ ਜੇ ਸਾਡਾ ਅਸੀਂ 5 ਕਰੋੜ ਰੁਪਏ ਖਰਚ ਕਰਕੇ 20 ਕਰੋੜ ਰੁਪਏ ਖਰਚ ਕਰਕੇ ਅਸੀਂ ਬਣਾ ਲਾਂਗੇ ਉੱਥੇ ਸੂਬੇ ਦੇ ਬੱਚਿਆਂ ਦਾ ਲੋਕਾਂ ਦਾ ਇਲਾਜ ਪਰਮਾਤਮਾ ਨਾ ਕਰੇ ਜੋ ਕੋਈ ਇਸ ਤਰ੍ਹਾਂ ਦੀ ਬਿਮਾਰੀ ਆ ਜਾਂਦੀ ਹੈ ਤਾਂ ਇਲਾਜ ਹੋ ਸਕਦਾਗਾ ਸੋ ਬਿਲਕੁਲ ਉਹ ਤਰ੍ਹਾਂ ਕਹਾ ਬਤਾ ਰਹੇ ਸੀ ਉਹਨਾਂ ਨੇ ਵਰਕਸ਼ਾਪਾਂ 'ਚ ਅੱਡਿਆਂ 'ਚ ਖੜੇ ਸਰਕਾਰੀ ਲਾਰੀਆਂ ਨੂੰ ਸਰਕਾਰੀ ਡਰਾਈਵਰ ਕਦੋਂ ਤੱਕ ਨਸੀਬ ਹੋ ਜਾਣਗੇ ਬਿਲਕੁਲ ਉਹ ਭਰਤੀ ਪ੍ਰਕਿਰਿਆ ਜਿੰਨਾਕ ਮੈਨੂੰ ਪਤਾ ਲੱਗਿਆ ਕਿ ਟ੍ਰਾਂਸਪੋਰਟ ਡਿਪਾਰਟਮੈਂਟ 'ਚ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਉਹ ਜਲਦੀ ਜਿਹੜੀਆਂ ਸਾਰੀਆਂ ਲਾਰੀਆਂ ਉਹ ਰੋਣਾ ਤੇ ਹੋਣ ਕਿ ਤੁਹਾਨੂੰ ਚਿੰਤਾ ਤੁਹਾਡਾ ਫਿਕਰ ਵੱਡਾ ਹੋਣਾ ਚਾਹੀਦਾ ਹੈ ਖਰਚਾ ਤੁਹਾਡੇ ਵਿਭਾਗ 'ਚੋਂ ਹੋਣਾ ਹੈ ਜੇ ਚੀਜ਼ਾਂ ਖੜੀਆਂ ਹੀ ਖੰਡਰ ਹੋ ਗਈਆਂ ਤੇ ਉਹਨਾਂ ਦਾ ਫਾਇ ਜਦੋਂ ਵੀ ਮੇਰੇ ਕੋਲ ਫਾਈਲ ਆਉਂਦੀ ਹੈ ਕਿ ਲੋਕਾਂ ਲਈ ਕੰਮ ਹੋਣਾ ਤਾਂ ਮੈਂ ਤ੍ਰੰਤ ਉਹਦੇ ਤੇ ਬਗੈਰ ਸੋਚੇ ਲੋਕਾਂ ਦੇ ਕੰਮ ਲਈ ਆਪਣੀ ਕਲਮ ਚਲਾਉਣਾਗਾ ਜੋ ਤਾਕਤ ਮੈਨੂੰ ਮੇਰੇ ਹਲਕੇ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬਖਸ਼ੀ ਉਹ ਪੰਜਾਬ ਦੇ ਲੋਕਾਂ ਦੇ ਹੱਕ ਚ ਅਸੀਂ ਬਰਤ ਰਹੇ ਹਾਂਗੇ ਸੋ ਸਾਡਾ ਤਾਂ ਮੈਂ ਤਾਂ ਫਿਰ ਉੱਥੇ ਹੀ ਆਉਣਾ ਕਿ ਨੇਕ ਨੀਤੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਔਰ ਕਰਪਸ਼ਨ ਨੂੰ ਜੜ ਤੋਂ ਖਤਮ ਕਰਕੇ ਪੈਸੇ ਦੀ ਦੁਰਵਰਤੋਂ ਰੋਕ ਕੇ ਖਰਚੇ ਕਟਾ ਕੇ ਪੰਜਾਬ ਨੂੰ ਅੱਗੇ ਲਿਜਾਇਆ ਜਾ ਸਕਦਾ ਉੱਤੇ ਕੰਮ ਪੰਜਾਬ ਦੇ ਕਿਸਾਨੀ ਕਰਜ਼ੇ ਬਾਰੇ ਕੀ ਸੋਚ ਰਹੇ ਹੋ ਔਰ ਫਸਲੀ ਵਿਭਿੰਨਤਾ ਦੀ ਜਿਹੜੀ ਤੁਸੀਂ ਗੱਲ ਤੋਰੀ ਸੀ ਮੂੰਗੀ ਤੋਂ ਕੀ ਉਹ ਕਪਾਹ ਤੱਕ ਪਹੁੰਚੇਗੀ ਕੀ ਹਲਦੀ ਤੱਕ ਪਹੁੰਚੇਗੀ ਹੋਰ ਬਿਲਕੁਲ ਡਾਇਵਰਸੀਫਿਕੇਸ਼ਨ ਦੀ ਮੈਂ ਜੇ ਗੱਲ ਕਰਾਂ ਤਾਂ ਪੰਜਾਬ ਦੇ ਅੰਦਰ ਅਸੀਂ ਕਪਾਹ ਦੀ ਗੱਲ ਟਰੈਕ ਐਂਡ ਟ੍ਰੇਸ ਸਿਸਟਮ ਦੇ ਰਾਹੀਂ ਬੀਜ ਦੇਣ ਦੀ ਗੱਲ 33% ਦੀ ਅਸੀਂ ਸਬਸਿਡਿ ਦੇਣ ਦਾ ਪਹਿਲਾਂ ਹੀ ਫੈਸਲਾ ਕੀਤਾ ਟਰੈਕ ਐਂਡ ਟ੍ਰੇਸ ਸਿਸਟਮ ਦੇ ਰਾਹੀਂ ਉਹ ਬੀਜ ਜਿਹੜੇ ਹੈਗੇ ਨੇਗੇ ਉਹ ਵੇਚੇ ਜਾਣਗੇ ਦਿੱਤੇ ਜਾਣਗੇ ਕਿਸਾਨਾਂ ਨੂੰ ਔਰ ਉਹ ਜਿਹੜੇ ਉਹ ਬੀਜ ਵੇਚੇ ਜਾਣਗੇ ਜਿਹੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਪ੍ਰਮਾਣਿਤ ਕਰੂਗੀ ਜਿਹਨੂੰ ਸਰਟੀਫਾਈਡ ਕਰੂਗੀ ਉਹ ਹੀ ਦਿੱਤੇ ਜਾਣਗੇ ਤਾਂ ਕਿ ਜਿਹੜੇ ਉਹ ਬੀਜਾਂ ਦੇ ਰਾਹੀਂ ਕਿਸਾਨ ਜਿਹੜਾ ਹੈਗਾ ਕਪਾਹ ਦੀ ਖੇਤੀ ਕਰਦਾ ਜਿਹੜੇ ਕਪਾਹ ਦੀ ਖੇਤੀ ਹੋ ਪੇ ਟੈਕਸਟਾਈਲ ਆਊਗਾ ਟੈਕਸਟਾਈਲ ਆਊਗਾ ਤਾਂ ਮੈਂ ਸਮਝਦਾ ਪੰਜਾਬ ਦੀ ਇਕਨੋਮੀ ਵਧੂਗੀ ਹੂੰ ਮੌਲਕ ਦੀ ਹਾਕਮ ਜਮਾਤ ਨੇ 2013 ਚ ਵਾਅਦਾ ਕੀਤਾ ਸੀ ਅਸੀਂ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ ਹਾਂ ਕਿਸਾਨ ਦੀ ਆਮਦਨ ਦੁੱਗਣੀ ਦੁੱਗਣੀ ਹੋਈ ਹੈ ਕਿ ਨਹੀਂ ਹੋਈ ਪਰ ਉਹਨਾਂ ਦਾ ਕਰਜ਼ਾ ਦੁੱਗਣਾ ਹੋ ਗਿਆ ਪੰਜਾਬ ਸਰਕਾਰ ਆਪਣੇ ਕਿਸਾਨਾਂ ਦਾ ਕੋਈ ਕਰਜ਼ੇ ਦੇ ਬਾਰੇ ਕੋਈ ਸੋਚ ਰਹੀ ਹੈ ਬਿਲਕੁਲ ਜਦੋਂ ਕਿਸਾਨ ਦੀ ਅਸੀਂ ਆਮਦਨ ਵਧਾਉਣ ਲਈ ਯਤਨ ਕਰ ਰਹੇ ਹਾਂ ਜਦੋਂ ਡਾਈਵਰਸੀਫਿਕੇਸ਼ਨ ਦੀ ਖੇਤੀ ਆਈ ਜੇ ਮੂੰਗਦਾਲ ਦੀ ਮੈਂ ਗੱਲ ਕਰਾਂ ਜਿੰਨਾ ਕਿਸਾਨਾਂ ਨੇ ਮੂੰਗਦਾਲ ਨੂੰ ਬੀਜਿਆ ਤਾਂ ਉਹਨਾਂ ਤੀਜੀ ਫਸਲ ਆਈ ਤੀਜੀ ਫਸਲ ਉਹਨਾਂ ਦੀ ਇਕਨੋਮੀ ਚ ਵਾਧਾ ਹੋਇਆ ਸੋ ਜਦੋਂ ਅਸੀਂ ਕਿਸਾਨ ਦੇਖੋ ਇਹ ਸਮੱਸਿਆ ਇੱਕ ਦਿਨ ਚ ਹੱਲ ਨਹੀਂ ਹੋਣੀ ਹੈ। ਕਿਸਾਨ ਦੀ ਆਮਦਨ ਵਧੂਗੀ ਤਾਂ ਕਿਸਾਨ ਦਾ ਕਰਜ਼ਾ ਘਟੂਗਾ। ਕਿਸਾਨ ਦੀ ਆਮਦਨ ਵਧਾਉਣਾ, ਖੇਤ ਮਜ਼ਦੂਰ ਦੀ ਆਮਦਨ ਵਧਾਉਣਾ ਸਾਡੀ ਪਹਿਲ ਕਦਮੀ ਆ। ਉਦਰੇ ਅਸੀਂ 20% ਦਾ ਇਸ ਵਾਰ ਬਜਟ ਵੀ ਵਧਾਇਆ ਗਿਆ ਤਾਂ ਕਿ ਕਿਸਾਨ ਦੀ ਆਮਦਨ ਵੱਧ ਸਕੇ। ਮਾਨ ਸਾਹਿਬ ਰੰਗਲੇ ਪੰਜਾਬ ਦੀ ਗੱਲ ਕਰਦੇ ਆ। ਰੰਗਲੇ ਪੰਜਾਬ ਤੋਂ ਭਾਵ ਖਿੜਿਆ ਹੋਇਆ ਪੰਜਾਬ। ਹੁਣ ਤੁਹਾਡੀ ਪੱਗ ਖਿੜੀ ਹੋਈ ਹੈ, گلابی ਰੰਗ ਹੈ। گلابی ਰੰਗ ਬਹੁਤ ਚੀਜ਼ਾਂ ਦਾ ਪ੍ਰਤੀਕ ਹੈ। ਇਹ ਜੇ ਪੰਜਾਬ ਬਣਾਉਣ ਦੇ ਲਈ ਪੰਜਾਬ ਦੇ ਸਰੋ ਕਰਜ਼ਾ ਲਾਉਣਾ ਬਹੁਤ ਜ਼ਰੂਰੀ ਹੈ ਉਸ ਕਰਜ਼ੇ ਦੀ ਪਾਂ ਡੇਟ ਅਨੇਕਾਂ ਨੌਜਵਾਨ ਸੁਸਾਈਡ ਕਮਿਟ ਕਰ ਗਏ ਆ ਬਹੁਤ ਸਾਰੇ ਕਿਸਾਨ ਸੁਸਾਈਡ ਕਮਿਟ ਕਰ ਗਏ ਆ ਪੰਜਾਬ ਦਾ ਕਰਜ਼ਾ ਲਾਉਣ ਦੀ ਕੋਈ ਖਾਸ ਵਿਉਂਤ ਬਣੀ ਹੈ ਬਿਲਕੁਲ ਜੀ ਅਸੀਂ ਮੈਂ ਕੱਲ ਹੀ ਦੋ ਤਿੰਨ ਪਹਿਲਾਂ ਇੱਕ ਫਾਈਲ ਅਸੀਂ ਮੂਵ ਕੀਤੀ ਸੀਗੀ ਕਿ ਗਵਰਨਮੈਂਟ ਆਫ ਇੰਡੀਆ ਨਾਲ ਗੱਲ ਕੀਤੀ ਜਾਵੇ ਜਿਹੜਾ ਮਹਿੰਗੇ ਭਾ ਦਾ ਮਹਿੰਗੇ ਵਿਆਜ ਦਾ ਕਰਜ਼ਾ ਲਿਆ ਪ੍ਰਾਣੀਆਂ ਸਰਕਾਰਾਂ ਨੇ 10% ਤੇ 9.5% ਤੇ ਪਤਾ ਨਹੀਂ ਕਿਵੇਂ ਲਈ ਗਏ ਮੈਨੂੰ ਸਮਝ ਨਹੀਂ ਆਈ ਕਿ ਕਦੇ ਧਿਆਨ ਨਹੀਂ ਦਿੱਤਾ ਹੈਗਾ ਕਿ ਯਾਰ ਘੱਟ ਵਿਆਜ ਦੇ ਕਰਜ਼ੇ ਵੀ ਅਵੇਲੇਬਲ ਨੇਗੇ ਇਹ ਮਾਰਕੀਟ ਦੇ ਵਿੱਚ ਹੈਗੇ ਨੂੰ ਲੈ ਲਓ ਵੱਡੇ ਵੱਡੇ ਵਿਆਜ ਦੇ 10% ਦੇ 9.5% ਦੇ ਲੈਏ ਉਹਨਾਂ ਨੂੰ ਸਵੈਪ ਕਰਕੇ ਘੱਟ ਵਿਆਸ ਲੈ ਕੇ ਆਉਣਾ ਘੱਟ ਵਿਆਸ ਲੈ ਕੇ ਆਉਣਾ ਤਾਂ ਕਿ ਅਸੀਂ ਘਟੋ ਘਟ ਬ्याज ਤਾਂ ਘਟਾ ਲਈਏ ਹੁਣ ਮੈਂ ਜੇ ਸੱਚ ਦੱਸਾਂ ਸੱਚ ਤੁਹਾਡੇ ਸਾਹਮਣੇ ਆ ਫਾਈਲਾਂ ਦੇ ਅੰਦਰ ਬੋਲਦਾ ਕਿ ਰਿਪੋਰਟਾਂ ਦੇ ਅੰਦਰ ਬੋਲਦਾ ਅਸੀਂ 17000 ਕਰੋੜ ਰੁਪਏ ਤਾਂ ਪ੍ਰਿੰਸੀਪਲ ਅਮਾਉਂਟ ਵੀ ਮੋੜ ਰਹਿਆਂਗੇ 20000 ਕਰੋੜ ਰੁਪਏ ਵਿਆਜ ਮੋੜ ਰਹਿਆਂਗੇ ਹਾਂ 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 ਇਹ ਲਈ ਮੂਲ ਨਾਲੋਂ ਵਿਆਜ ਭਾਰੀ ਹੋ ਗਿਆ ਜਿਵੇਂ ਪਿੰਡ ਚ ਆਪਾਂ ਕਹਾਵਤ ਹੁੰਦੀ ਛੋਟੇ ਹੁੰਦੇ ਸੁਣਦੇ ਸੀ ਕਿ ਮੂਲ ਨਾਲੋਂ ਵਿਆਜ ਭਾਰੀ ਹੋ ਗਿਆ ਉਹ ਅੱਜ ਹਾਲਾਤ ਪੰਜਾਬ ਦੇ ਨੇਗੇ ਸੋ ਬਿਲਕੁਲ ਇਹਨੂੰ ਸੁਧਾਰਨ ਲਈ ਸਮਾਂ ਲੱਗੂਗਾ ਅਸੀਂ ਉਹਨੂੰ ਸੁਧਾਰਨ ਲਈ ਯਤਨ ਕਰ ਰਹੇ ਹਾਂ ਸੁਧਾਰਨ ਲਈ ਇੱਕੋ ਹੀ ਗੱਲ ਆ ਕਿ ਸਾਨੂੰ ਚੋਰ ਮੋਰੀਆਂ ਵੱਧ ਕਰਕੇ ਉਹਨਾਂ ਨੂੰ ਪਲਾਕ ਕਰਕੇ ਉਹ ਇੱਕ ਇੱਕ ਪੈਸਾ ਜਿਹੜਾ ਖਜ਼ਾਨੇ ਜਾਊਗਾ ਮੈਂ ਦੇਖ ਰਿਹਾ ਮੇਰੇ ਸਾਹਮਣੇ ਫਾਈ ਮੈਨੂੰ ਕਈ ਵਿਅਕਤੀਆਂ ਨੇ ਸਵਾਲ ਕੀਤਾ ਕਿ ਬਿੱਲ ਲੈ ਆਉਣਾ ਪਉ ਦਾ ਮਤਲਬ ਕੀ ਹੈ ਤੁਸੀਂ ਇਹ ਕੱਚ ਦਾ ਗਲਾਸ ਖਰੀਦਦੇ ਹੋ ਇਹਦਾ ਬਿੱਲ ਲੈ ਲਿਆ ਜੇ ਬਿੱਲ ਸਹੀ ਹੈ ਸਹੀ ਕੰਪਨੀ ਦਾ ਬਣਾਇਆ ਤਾਂ GST ਕੱਟ ਕੇ ਸਰਕਾਰ ਕੋਲੇ ਆ ਜਾਊਗਾ ਜੇ ਜਾਲੀ ਫਰਜੀਆ ਜਾਂ ਗਲਤ ਗਲਤ ਕਿਸਮ ਦਾ ਬਣਾਇਆ ਜਾਂ ਸਹੀ ਨਹੀਂ ਹੈਗਾ ਤਾਂ ਉਹ ਬਿੱਲ ਨਹੀਂ ਕੱਟੂਗਾ ਤੁਸੀਂ ਤਾਂ ਆਪਣੇ ਪੈਸੇ ਲਾਤੇ ਨਾ ਤੁਸੀਂ ਤਾਂ GST ਪੇ ਕਰਤਾ ਰਸਤੇ 'ਚ ਕਿਸੇ ਨੇ ਰੋਟ ਲਿਆ ਜਦੋਂ ਤੁਸੀਂ ਉਹ ਬਿੱਲ ਆਉ ਨਾਮ ਪਾਉਣ ਵਾਲੀ ਗੱਲ ਦਾ ਮਤਲਬ ਇਹ ਆ ਕਿ ਬਿੱਲ ਲੈ ਕੇ ਆ ਕੇ ਸਾਡੇ ਡਿਪਾਰਟਮੈਂਟ 'ਚ ਉਹਨੂੰ ਇੱਕ ਪੋਰਟਲ ਦੇ ਉੱਤੇ ਜਮ੍ਹਾਂ ਕਰਾਉਗੇ ਆਪਣੇ ਮੋਬਾਈਲ ਦੇ ਰਾਹੀਂ ਤਾਂ ਤੁਹਾਨੂੰ ਇੱਕ ਜਿਹੜੀ ਆ ਇੱਕ 쿠ਪਨ ਮਿਲੇਗਾ ਉਸ 쿠ਪਨ ਤੇ ਨਹੀਂ ਤੁਹਾਡਾ ਨਾਮ ਲਿਖੂਗਾ ਇੱਕ ਪੋਜ਼ਿਟਿਵਨੈਸ ਆ ਇੱਕ ਸਕਾਰਾਤਮਕ ਸੋਚ ਆ ਉਸ ਵੱਲ ਅਸੀਂ ਵੱਧ ਰਿਹਾ ਕਿਉਂਕਿ ਅਸੀਂ ਸੋਚਦੇ ਹਾਂ ਕਿ ਦੇਖੋ ਨਵਾਂ ਟੈਕਸ ਲਾਉਣ ਦਾ ਕੋਈ ਫਾਇਦਾ ਨਹੀਂ ਨਵਾਂ ਟੈਕਸ ਲਾਉਣ ਦਾ ਇਹ ਨਹੀਂ ਕਿ ਟੈਕਸ ਲਾਈ ਚਲੋ ਲਾਈ ਚਲੋ ਅਸੀਂ ਕਹਿੰਦੇ ਕਿ ਜਿਹੜੀ ਕਿਤੇ ਨਾ ਕਿਤੇ ਚ ਜਿਹੜਾ ਹੈਗਾ ਬੰਦ ਕਰੋ ਟੈਕਸ ਆਪਦੇ ਆ ਵੱਧ ਜੂਗਾ ਤੁਸੀਂ ਪੋਜ਼ਿਟਿਵਿਟੀ ਦੀ ਗੱਲ ਕੀਤੀ ਹੈ ਪੋਜ਼ਿਟਿਵਿਟੀ ਸਾਨੂੰ ਹਰੇ ਭਰੇ ਪਾਉਣ ਪਾਣੀ ਚ ਮਿਲਦੀ ਹੈ ਬਹੁਤ ਸਾਰੀ ਮਿਲਦੀ ਹੈ ਉਸ ਹਰੇ ਭਰੇ ਪੰਜਾਬ ਨੂੰ ਨਰਵਾ ਪੰਜਾਬ ਬਣਾਉਣ ਦੇ ਲਈ ਕੁਝ ਨਵਾਂ ਕੋਈ ਸੋਚਿਆ ਜਾ ਰਿਹਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੀ ਤਰੱਕੀ ਦੇ ਨਾਮ ਦੇ ਉੱਤੇ ਪੰਜਾਬ ਦੇ ਦਰਖਤਾਂ ਦਾ ਬਹੁਤ ਵੱਡੇ ਪੱਧਰ ਤੇ ਉਜਾੜਾ ਹੋ ਰਿਹਾ ਉਹਦੇ ਬਾਰੇ ਕੋਈ ਸੋਚਿਆ ਬਿਲਕੁਲ ਅਸੀਂ ਪਿਛਲੀ ਵਾਰ ਲਗਭਗ 50 ਲੱਖ ਬੂਟੇ ਲਾਉਣ ਦਾ ਸ਼ੀਦਿਆਜਮ ਪਾਕਤ ਸਿੰਘ ਹਰੀਆਬਲ ਲਹਿਦ ਦੀ ਸ਼ੁਰੂਆਤ ਕੀਤੀ ਸੀ ਉੱਚ ਅਸੀਂ 54 ਲੱਖ ਲਾਏ ਜੀ 50 ਲੱਖ ਦੀ ਕੀਤੀ ਸੀ 55 ਲੱਖ ਲੈ ਇਸ ਵਾਰ ਉਹ ਟੀਚਾ ਜਿਹੜਾ 1 ਕਰੋੜ ਵਿੱਚ ਹੈਗਾ ਉਹ ਵੱਡੇ ਹੋ ਗਏ ਪਹਿਲਾਂ ਵਾਲੇ ਹਾਂ ਹਾਂ ਬਿਲਕੁਲ ਹੋ ਰਹੇ ਨੇ ਕਿ 1 ਕਰੋੜ ਹੋ ਗਿਆ ਮੈਂ ਜੇ ਮੈਂ ਆਪਣੀ ਗੱਲ ਕਰਾਂ ਮੈਂ ਦੜੇ ਬਹਲਕੇ ਚ ਕਾਫੀ ਸਾਰਾ ਕੰਮ ਕੀਤਾ ਹਰਿਆਊ ਪਿੰਡ ਦੇ ਅੰਦਰ ਜ਼ਮੀਨ ਸੀ ਉੱਥੇ ਇੱਕ ਜਿਹੜਾ 12 ਕਿੱਲੇ ਚ ਡਵੈਲਪ ਹੋ ਰਿਹਾ ਇਸੇ ਤਰ੍ਹਾਂ ਸਾਡੇ ਛਾਜਲੀ ਪਿੰਡ ਦੇ ਅੰਦਰ ਉੱਥੇ ਵੀ ਇੱਕ ਸਾਡੇ ਕਿਸਾਨ ਭਰਾ ਨੇ 6 ਕਿੱਲੇ ਚ ਅੱਜ ਤੱਕ ਬਾਗ ਲਾਇਆ ਫਿਰ ਅਸੀਂ 150 ਦੇ ਅੰਦਰ ਮਤਲਬ ਕੋਸ਼ਿਸ਼ ਸਾਡੀ ਜਾਰੀ ਆ ਤਾਂ ਕਿ ਪੰਜਾਬ ਜਦੋਂ ਜਦ ਤੱਕ ਦੇਖੋ ਦਰਖਤ ਨਹੀਂ ਆਉਂਦੇ ਤਾਂ ਪੰਜਾਬ ਦੀ ਜਿਹੜੀ ਆਬੋ ਹਵਾ ਉਹ ਵੀ ਠੀਕ ਨਹੀਂ ਹੋਣੀ ਪੰਜਾਬ ਦਾ ਬਾਤੋ ਬਰਨ ਪੀਠੀ ਕਿ ਉਹਦੇ ਲਈ ਅਸੀਂ ਜਿਹੜੇ ਖੇਤੀ ਸਹਾਇਕ ਧੰਦਿਆਂ ਲਈ ਕੀ ਯੋਜਨਾ ਅੱਜ ਮੈਂ ਅਨਾਉਂਸ ਕੀਤੀਆਂ ਨੇ ਕਿ ਆ ਜਿਹੜੀ ਨੀਲੀ ਕ੍ਰਾਂਤੀ ਆ ਮੱਛੀ ਦੇ ਅੰਦਰ ਔਰ ਪਸ਼ੂਆਂ ਦੇ ਲਈ ਉਹ ਬਹੁਤ ਸਾਰੀਆਂ ਸਕੀਮਾਂ ਜਿਸੀਂ ਅਨਾਉਂਸ ਕੀਤੀਆਂ ਤਾਂ ਕਿ ਸਹਾਇਕ ਧੰਦਿਆਂ ਦੇ ਰਾਹੀ ਵੀ ਜਿਹੜਾ ਹੈਗਾ ਜਿੱਥੇ ਮਜ਼ਦੂਰ ਨੂੰ ਵੀ ਵੱਡਾ ਰਾਤ ਮਿਲੂਗਾ ਤੇ ਕਿਸਾਨ ਨੂੰ ਵੀ ਰਾਤ ਮੈਂ ਤਾਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਹਰ ਸਵਾਲ ਨੂੰ ਹਰ ਪਹਿਲੂ ਨੂੰ ਕਵਰ ਕੀਤਾ ਜਾਵੇ ਪਰ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਇੱਕੋ ਸਮੇਂ ਉਹ ਪੋਸੀਬਲ ਨਹੀਂ ਹੁੰਦੀਆਂ ਸੰਭਵ ਨਹੀਂ ਹੁੰਦੀਆਂ ਮੈਂ ਤੁਹਾਡੀ ਫਾਈਲ ਦੇਖ ਲਾਂ ਤੁਸੀਂ ਇਹ ਜਿਹੜੀ ਲੈ ਕੇ ਆਏ ਸੀ ਸਵੇਰੇ ਸੀਨ ਸਾਹਿਬ ਦੇ ਨਾਲ ਤੁਸੀਂ ਇਹਦੀ ਫੋਟੋ ਪੰਜਾਬ ਦੇ ਲੋਕਾਂ ਨੂੰ ਦਿਖਾਈ ਸੀਗੀ ਤੇ ਇਹ ਤੁਸੀਂ ਕੀ ਸੋਚ ਕੇ ਮਤਲਬ ਇਹਦਾ ਪ੍ਰਿੰਟ ਇਹ ਚੁਣਿਆ ਕਿਉਂਕਿ ਅਕਸਰ ਹੀ ਟੈਚੀਆਂ ਹੁੰਦੀਆਂ ਸੀ ਕਦੇ ਕੁਝ ਹੁੰਦਾ ਸੀ ਇਹ ਤੁਸੀਂ ਮਤਲਬ ਕੀ ਸੋਚ ਕੇ ਇਹ ਫਾਈਲ ਅਜ ਲੈ ਦੇਖੋ ਇਹ ਫਲਕਾਰੀ ਦਾ ਪ੍ਰਤੀਕ ਆ ਪੰਜਾਬ ਦੇ ਸੱਭਿਆਚਾਰ ਦਾ ਪ੍ਰਤੀਕ ਆ ਇਹਦੇ ਅੰਦਰ ਜਿਹੜੀ ਟੈਬ ਆ ਗਈ ਕਿਉਂਕਿ ਅੱਜਕੱਲ ਡਿਜੀਟਲ ਦੁਨੀਆ ਦਾ ਜਮਾਨਾ ਗਾ ਔਰ ਅਸੀਂ ਤਾਂ ਬਿਲਕੁਲ ਉਸ ਟੈਬ ਦੇ ਅੰਦਰ ਹੀ ਪੰਜਾਬ ਦਾ ਬਜਟ ਜਿਹੜਾ ਸਮੋਕੇ ਲੈ ਗੇ ਸੋ ਬੜਾ ਬਹੁਤ ਥੋੜਾ ਖਰਚਾ ਆਇਆ ਔਰ ਪੰਜਾਬ ਦੇ ਸੱਭਿਆਚਾਰ ਦੀ ਝਲਕ ਵੀ ਜਿਹੜੀ ਆ ਲੋਕਾਂ ਦੇ ਸਾਹਮਣੇ ਪੇਸ਼ ਹੋਈ ਮੈਂ ਇੱਕ ਗੱਲ ਕਰਾਂਗਾ ਆਪਣੇ ਦਰਸ਼ਕਾਂ ਨਾਲ ਅਖੀਰ ਦੇ ਵਿੱਚ ਬਹੁਤ ਛੋਟੀ ਮੁਖਸਰ ਜੀ ਗੱਲ ਹੈ ਫਲਕਾਰੀ ਹੈ ਫਲਕਾਰੀ ਦਾ ਇੱਕ ਰੂਪ ਹੁੰਦਾ ਬਾਗ-ਬਾਗ ਬਹੁਤ ਸੰਘਣਾ ਹੁੰਦਾ ਪੰਜਾਬ ਦੇ ਵਿੱਚ ਉਹ ਸੰਘਣਾਪਣ ਰਿਸ਼ਤਿਆਂ ਦੇ ਵਿੱਚ ਗੂੜਾਪਣ ਔਰ ਫਰਾਖ ਦੇਲੀ ਇਤفاق ਉਹ ਸਾਰਾ ਕੁਝ ਸਮੇਂ ਦੇ ਨਾਲ ਘਟ ਰਿਹਾ ਅੱਜ ਇਹ ਬਜਟ ਫਲਕਾਰੀ ਦੇ ਵਿੱਚ ਆਇਆ ਅਸੀਂ ਕਹਾਂਗੇ ਕਿ ਅੱਗੇ ਬਾਗ ਦੇ ਵਿੱਚ ਆਵੇ ਔਰ ਇਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਪੰਜਾਬ ਦਾ ਹਰ ਛੋਟਾ ਵਰਗ ਹਰ ਵੱਡਾ ਵਰਗ ਇਹਦੇ ਵਿੱਚ ਸਮਾਵੇ ਜਿਹੜਾ ਇੱਕ ਖਲਾਅ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਪੈਦਾ ਹੋਇਆ ਹਾਲਾਂਕਿ ਬਹੁਤ ਸਾਰੀਆਂ ਵੱਡੇ ਵਾਅਦੇ ਕੀਤੇ ਆ ਉਹ ਵਾਅਦੇ ਨੂੰ ਪੂਰੇ ਕਰਨ ਉਹ ਜਦੋਂ ਵਾਅਦੇ ਪੂਰੇ ਹੋ ਜਾਣਗੇ ਮੈਨੂੰ ਲੱਗਦਾ ਕਿ ਉਹ ਬਾਗ ਬਣ ਜਾਊਗਾ ਫਿਰ ਤੁਸੀਂ ਮੈਂ ਉਮੀਦ ਕਰਦਾ ਕਿ ਜਲਦੀ ਜਿਹੜਾ ਹੈ ਬਾਗ ਦੇ ਰੂਪ ਦੇ ਵਿੱਚ ਉਸ ਨੂੰ ਲੈ ਕੇ ਆਉਂਗੇ ਔਰ ਪੰਜਾਬ ਦੇ ਲੋਕਾਂ ਨਾਲ ਜਿਹੜੇ ਤੁਸੀਂ ਵਾਅਦੇ ਕੀਤੇ ਆ ਉਹ ਪੂਰੇ ਉਹਨਾਂ ਨੂੰ ਤੁਸੀਂ ਪੂਰਾ ਕਰੋਗੇ ਇਸ ਉਮੀਦ ਦੇ ਨਾਲ ਮੈਂ ਇਸ ਚਰਚਾ ਨੂੰ ਇੱਥੇ ਵਿਰਾਮ ਦੇਣਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਧੰਨਵਾਦ ਸੋ ਕੋਸ਼ਿਸ਼ ਸੀ ਕਿ ਹਰ ਪਹਿਲੇ ਨੂੰ ਛੂਇਆ ਜਾਵੇ ਹਰ ਸਵਾਲ ਦਾ ਜਵਾਬ ਲਿਆ ਜਾਵੇ ਮੇਰਾ ਕੰਮ ਸਵਾਲ ਪੁੱਛਣਾ ਹੈ ਜਵਾਬ ਦੀ ਇਮਾਨਦਾਰੀ ਕਿੰਨੀ ਹੈ ਉਹਦੇ ਅੰਕੜੇ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਹੈ ਉਹ ਚੀਮਾ ਸਾਹਿਬ ਦੀ ਜ਼ਿੰਮੇਵਾਰੀ ਸੀ ਤੁਹਾਡੀ ਸੋਚਣੀ ਹੈ ਤੁਹਾਡੀ ਸਮਝਣੀ ਹੈ ਸਾਡੇ ਵੱਲੋਂ ਇਨਾ ਹੀ ਮੈਨੂੰ ਨਵਜੋਤ ਸਿੰਘ ਢਾਲੀਵਾਂ ਨੂੰ ਦਇ ਇਜਾਜ਼ਤ ਸਤਿ ਸ੍ਰੀ ਅਕਾਲ